का खालसा वाहिगुरु जी की फतेह। ਤੇ ਸੰਗਤ ਜੀ, ਸ਼ਨੀਵਾਰ ਦਾ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਤਿਹਾਸ ਨਾਲ ਕਨੈਕਟਡ ਹੈ ਜੀ, ਤੇ ਸਿੱਖ ਮਿਸਲਾਂ ਦਾ ਇਤਿਹਾਸ ਅੱਜ ਦਾ ਸਾਡਾ ਵਿਸ਼ੇ ਹੈ, ਜਿਸਦੇ ਚਾਨਣ ਪਾ ਰਹੇ ਨੇ ਗਿਆਨੀ ਗੁਰਮੁਖ ਸਿੰਘ ਜੀ ਖਾਲਸਾ, ਪ੍ਰਚਾਰਕ SGPC। ਤੇ ਗਿਆਨੀ ਜੀ, ਸਾਨੂੰ ਸਿੱਖ ਮਿਸਲਾਂ ਦੀ ਹਿਸਟਰੀ ਕਿਸ ਤਰ੍ਹਾਂ ਸ਼ੁਰੂਆਤ ਹੋਈ, ਕਿਸ ਤਰ੍ਹਾਂ ਉਹ ਡਿਵੈਲਪ ਹੋਈਆਂ, ਤੇ ਹੁਣ ਅਸੀਂ ਉੱਥੋਂ ਤੋਂ ਲੈ ਕੇ ਇੱਥੇ ਦਾ ਸਫ਼ਰ ਥੋੜ੍ਹਾ ਬਹੁਤ ਜੋ ਗਿਆਨੀ ਜੀ ਨੇ ਪ੍ਰਪੇਅਰ ਕੀਤਾ ਹੈ ਉਹ ਅੱਜ ਚਾਨਣ ਪਾਣਗੇ ਜੀ ਇਹਦੇ 'ਤੇ। ਤੇ ਗਿਆਨੀ ਜੀ, ਅਸੀਂ ਕਲਾਸ ਨੂੰ ਸਟਾਰਟ ਕਰਦੇ ਹਾਂ ਜੀ। ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤੱਕ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਿਚਾਰਧਾਰਾ ਦੇ ਨਾਲ ਜੁੜ ਰਹੇ ਗੁਰਸਿੱਖ ਪਿਆਰ ਵਾਲਿਓ, ਅੱਜ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਲਾਸ ਦੇ ਵਿੱਚ ਅਸੀਂ ਸਿੱਖ ਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਾਅਦ ਜੋ ਦੁਖਾਂਤ ਭਰੇ ਸਮੇਂ ਦੇ ਵਿੱਚ ਸਿੱਖ ਰਾਜ ਦੀ ਸ਼ੁਰੂਆਤ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਬਹੁਤ ਤਸ਼ੱਦਦ ਹੋਇਆ, ਸਿੱਖਾਂ ਨੇ ਘਰ ਘਾਟ ਉਜਾੜੇ ਗਏ, ਜੰਗਲ ਵੀ ਆਬਾਨਾਂ ਦੇ ਵਿੱਚ ਗੁਜ਼ਾਰ ਕੇ ਸਮਾਂ ਆਪਣਾ ਗੁਜ਼ਾਰਿਆ। ਉਹਨਾਂ ਦੀਆਂ ਵਿਚਾਰਾਂ ਅਸੀਂ ਕਰ ਚੁੱਕੇ ਹਾਂ। ਫਿਰ ਛੇਵਾਂ ਵਾਹਿਗੁਰੂ ਛੋਟਾ ਘੱਲੂਘਾਰਾ ਹੁੰਦਾ ਹੈ, ਛੋਟੇ ਘੱਲੂਘਾਰੇ ਦੇ ਵਿੱਚ ਇੱਕ ਹੀ ਸਮੇਂ ਦੇ ਵਿੱਚ ਇੱਥੋਂ ਤੱਕ ਕਿ 10,000 ਦੇ ਕਰੀਬ ਇੱਕੋ ਦਿਨ ਦੇ ਵਿੱਚ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਾਨੂੰਨ ਦੇ ਛੰਬ ਦੇ ਵਿੱਚ ਹੁੰਦਾ ਹੈ ਕੁੱਪਰ ਹੀੜੇ, ਤੇ ਉਸ ਤੋਂ ਬਾਅਦ ਕਾਨੂੰਨ ਦੇ ਛੰਬ ਤੋਂ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ। ਉਸ ਤੋਂ ਬਾਅਦ ਸਿੱਖਾਂ ਨੇ ਇੱਕ ਪ੍ਰਕਰਨ ਸ਼ੁਰੂਆਤ ਕੀਤੀ। 1 ਸਾਲ ਦੇ ਬਾਅਦ ਹੀ ਸਿੱਖਾਂ ਨੇ 1747 ਦੇ ਵਿੱਚ ਵਿਸਾਖੀ ਦੇ ਮੌਕੇ ਤੇ ਸਰਬੱਤ ਖਾਲਸਾ ਇਕੱਠਾ ਕੀਤਾ। ਉਸ ਦੇ ਵਿੱਚ ਮਤਾ ਪਾਇਆ ਗਿਆ ਅੰਮ੍ਰਿਤਸਰ ਦੇ ਸੁਰੱਖਿਅਤ ਰੱਖਣ ਵਾਸਤੇ ਇੱਕ ਕਿਲ੍ਹਾ ਉਸਾਰਿਆ ਬਣਾਇਆ ਜਾਵੇ, ਜਿਸ ਨੂੰ ਰਾਮ ਰੌਣੀ ਦੇ ਨਾਂ ਦੇ ਨਾਲ ਜੋ ਕਿ ਸਥਾਪਿਤ ਹੋਇਆ, ਪ੍ਰਸਿੱਧ ਹੋਇਆ। ਲਖਪਤ ਰਾਏ ਦਾ ਸਾਰਾ ਹੰਕਾਰ ਸਿੱਖਾਂ ਨੇ ਖਤਮ ਕਰ ਦਿੱਤਾ। ਸਿੱਖਾਂ ਨੇ 1748 ਦੀ ਵਿਸਾਖੀ ਅੰਮ੍ਰਿਤਸਰ ਦੇ ਵਿੱਚ ਜੋ ਦਿਨ ਮਨਾਇਆ, ਜੋ ਸਰਬੱਤ ਖਾਲਸਾ ਸੱਦਿਆ, ਜਿਸ ਦੇ ਵਿੱਚ ਜਿਹੜਾ ਪਹਿਲਾਂ ਬੁੱਢਾ ਦਲ ਤੇ ਤਰਨਾ ਦਲ ਸੀ, ਉਸ ਤੋਂ ਬਦਲ ਕੇ ਸਿੱਖਾਂ ਨੇ 11 ਮਿਸਲਾਂ ਦੇ ਵਿੱਚ ਖਾਲਸਾ ਰਾਜ ਨੂੰ ਵੰਡਿਆ। ਵੱਖ ਵੱਖ ਮਿਸਲਾਂ ਨੂੰ ਜਦੋਂ ਆਪਣੇ ਆਪਣੇ ਇਲਾਕੇ ਦੇ ਵਿੱਚ ਵੰਡ ਕਰਕੇ ਇਹਨਾਂ ਨੂੰ ਵੱਖ ਵੱਖ ਇਲਾਕੇ ਦੇਣਾ ਕੀਤੇ, ਮਿਸਲ ਆਲੂ ਵਾਲੀਆ, ਮਿਸਲ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਵੀ ਆਖਿਆ ਜਾਂਦਾ ਹੈ, ਤੀਸਰੀ ਮਿਸਲ ਸ਼ੁਕਰ ਚੱਕਰੀਆ, ਚੌਥੀ ਮਿਸਲ ਭੰਗੀਆਂ, ਮਿਸਲ ਨਿਸ਼ਾਨਾ ਵਾਲੀ, ਮਿਸਲ ਘਨਈਆ, ਮਿਸਲ ਨਕਈ, ਮਿਸਲ ਡੱਲੇ ਵਾਲੀਆ, ਮਿਸਲ ਸ਼ਹੀਦਾਂ, ਮਿਸਲ ਕਰੋੜੀਆ ਕਰੋੜ ਸਿੰਘੀਆ, ਮਿਸਲ ਰਾਮਗੜੀਆ, ਤੇ ਜੋ ਕਿ ਪਟਿਆਲੇ ਵਾਲੇ ਸਰਦਾਰ ਆਲਾ ਸਿੰਘ ਹੁਣਾਂ ਨੂੰ ਮਿਸਲ ਫੂਲ ਕੀ ਮਿਸਲ ਵੀ ਆਖਿਆ ਜਾਂਦਾ ਹੈ। ਅਸਲ ਦੇ ਵਿੱਚ ਜਦੋਂ ਅਸੀਂ ਮਿਸਲ ਦੀ ਗੱਲ ਕਰਦੇ ਹਾਂ, ਮਿਸਲ ਸ਼ਬਦ ਜੋ ਹੈ ਵਿਦਵਾਨਾਂ ਨੇ ਕਈ ਅਰਥ ਕੀਤੇ ਹਨ, ਪਰ ਇਸ ਦੇ ਮੁੱਖ ਤੌਰ ਦੇ ਅਰਥ ਦੋ ਅਰਥ ਆ ਰਹੇ ਹਨ। ਇਹ ਕਿ ਮਿਸਲ ਅਰਬੀ ਤੇ ਫਾਰਸੀ ਦਾ ਸ਼ਬਦ ਹੈ, ਇਸ ਦਾ ਭਾਵ ਹੈ ਕਿ ਫਾਈਲ ਜਾਂ ਖੁੱਲੇ ਕਾਗਜ਼ਾਂ ਦਾ ਸਮੂਹ ਜਾਂ ਸਮੁੱਚਾ ਸਮੂਹ, ਕਿਉਂਕਿ ਜਥੇ ਦਾ ਕਾਰਗੁਜ਼ਾਰੀ ਦਾ ਵੇਰਵਾ ਅਕਾਲ ਤਖ਼ਤ ਸਾਹਿਬ ਉੱਤੇ ਰੱਖਿਆ ਜਾਂਦਾ ਸੀ। ਸਾਲ ਇੱਕ ਦਾ ਭਾਵ ਕਿ ਜਾਂ ਤੇ ਦੀਵਾਲੀ ਦੇ ਉੱਤੇ ਸਿੱਖਾਂ ਦਾ ਇਕੱਠ ਹੁੰਦਾ ਸੀ ਅਕਾਲ ਤਖ਼ਤ ਸਾਹਿਬ ਦੇ ਉੱਤੇ, ਜਾਂ ਫਿਰ ਵਿਸਾਖੀ ਦੇ ਦਿਹਾੜੇ ਦੇ ਉੱਤੇ ਸਿੰਘਾਂ ਦਾ ਇਕੱਠ ਹੁੰਦਾ ਸੀ। ਤੇ ਇਸ ਸਮੇਂ ਦੇ ਵਿੱਚ
ਸਿੰਘਾਂ ਦੀ ਜਿੰਨੀ ਵੀ ਕਾਰਗੁਜ਼ਾਰੀ ਹੁੰਦੀ ਸੀ ਉਹ ਸਾਰੀ ਸਿੱਖਾਂ ਦੀ ਅਕਾਲ ਤਖ਼ਤ ਦੇ ਉੱਤੇ ਜਥੇਦਾਰ ਦੇ ਕੋਲ ਰੱਖੀ ਜਾਂਦੀ ਸੀ ਤੇ ਉਹ ਜਿਹੜਾ ਵੀ ਕਾਰਵਾਈ ਇਸਦਾ ਜੋ ਹੁੰਦਾ ਸੀ ਉਸਨੂੰ ਵੀ ਮਿਸਲ ਆਖਿਆ ਜਾਂਦਾ ਹੈ। ਦੂਜਾ ਅਰਥ ਆਉਂਦਾ ਹੈ ਜਥਾ, ਟੋਲਾ, ਸੈਨਿਕ ਜਾਂ ਟੁਕੜੀ। ਕਵੀ ਸੈਨਾਪਤੀ ਸ਼ੋਭਾ ਗੁਰਸ਼ੋਭਾ ਗ੍ਰੰਥ ਵਿੱਚ ਇਸਦੀ ਵਰਤੋਂ ਸ਼ਬਦ ਸਿੱਖ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਸਿੱਖ ਦਸਤਿਆਂ ਲਈ ਵਰਤਿਆ ਜਾਣ ਲੱਗਿਆ। ਇਹਨਾਂ ਨੇ ਆਪਣੀਆਂ ਸ਼ਕਤੀਆਂ ਦੇ ਇਲਾਕਿਆਂ ਨੂੰ ਰਿਆਸਤਾਂ ਬਣਾ ਲਈਆਂ ਸਨ। ਹੁਣ ਦੂਸਰਾ ਇਸਦੇ ਵਿੱਚ ਪੁਆਇੰਟ ਆਉਂਦਾ ਹੈ ਮਿਸਲਾਂ ਵਿੱਚ ਸ਼ਾਮਿਲ ਹੋਣ ਦਾ ਨਿਯਮ ਕੀ ਸੀ। ਅਸਲ ਦੇ ਵਿੱਚ ਇਹਨਾਂ ਮਿਸਲਾਂ ਦੇ ਵਿੱਚ ਹਰ ਅੰਮ੍ਰਿਤਧਾਰੀ ਬਿਨਾਂ ਜਾਤ ਪਾਤ ਰੰਗ ਵਰਣ ਭੇਦ ਦੇ ਸ਼ਾਮਿਲ ਹੋ ਸਕਦਾ ਸੀ, ਪਰ ਉਹਦੀ ਇੱਕ ਸ਼ਰਤ ਸੀ ਕਿ ਉਹ ਚੰਗਾ ਘੋੜ ਸਵਾਰ ਹੋਵੇ, ਚੰਗਾ ਸ਼ਸਤਰ ਬਾਜ਼ ਹੋਵੇ, ਸ਼ਸਤਰ ਚਲਾਉਣ ਦੇ ਵਿੱਚ ਨਿਪੁੰਨ ਹੋਵੇ। ਅਸਲੋਂ ਉਹ ਘੋੜ ਸਵਾਰਾਂ ਦੇ ਦਸਤੇ ਸਨ ਕਿ ਇੱਕ ਮਿਸਲ ਦੇ ਮੈਂਬਰ ਦੂਜੀ ਮਿਸਲ ਦੇ ਵਿੱਚ ਵੀ ਸ਼ਾਮਿਲ ਹੋ ਸਕਦਾ ਸੀ। ਹਰ ਯੋਧੇ ਪਾਸ ਆਪਣਾ ਘੋੜਾ, ਬੰਦੂਕ, ਸ਼ਸਤਰ, ਦੋ ਕੰਬਲ, ਬਰੂਦ ਦੇ ਥੈਲੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੌਜੂਦ ਹੁੰਦੀਆਂ ਸਨ। ਇਹ ਸਾਰੀਆਂ ਮਿਸਲਾਂ ਸਰਬੱਤ ਖਾਲਸੇ ਦੇ ਹੁਕਮ ਦੇ ਅਧੀਨ ਹੀ ਸਨ। ਜਿਸ ਦਿਨ ਵਿਸਾਖੀ ਤੇ ਦੀਵਾਲੀ ਉੱਤੇ ਅਕਾਲ ਤਖ਼ਤ ਇਕੱਤਰਤਾ ਹੁੰਦੀ ਉਸ ਸਮੇਂ ਮਿਸਲ ਵਿੱਚ 70,000 ਯੋਧੇ ਸ਼ਾਮਿਲ ਦੱਸੇ ਜਾਂਦੇ ਹਨ। ਕੁੱਝ ਇਤਿਹਾਸਕਾਰ ਇਹਨਾਂ ਦੀ ਗਿਣਤੀ 2,00,000 ਤੱਕ ਵੀ ਮੰਨਦੇ ਹਨ। ਇਹ ਮਿਸਲਾਂ ਆਮਦਨ ਦਾ ਮੁੱਢਲਾ ਸਾਧਨ ਲੁੱਟਮਾਰ ਹੀ ਸੀ, ਪਰ ਬਾਅਦ ਦੇ ਵਿੱਚ ਰਾਖੀ ਪ੍ਰਥਾ ਜਾਂ ਰਾਖੀ ਦੀ ਵਿਧੀ ਸ਼ੁਰੂ ਹੋ ਗਈ। ਅਸਲ ਦੇ ਵਿੱਚ ਜਿਹਨਾਂ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਰਾਜ ਹੋ ਜਾਂਦਾ ਸੀ ਉਹ ਆਪਣੀ ਉਪਜ ਦਾ 5ਵਾਂ ਹਿੱਸਾ ਸਿੱਖਾਂ ਨੂੰ ਉਸ ਇਲਾਕੇ ਦੇ ਵਿੱਚੋਂ ਦੇ ਦਿੱਤਾ ਜਾਂਦਾ ਸੀ। ਉਸ ਮਿਸਲ ਦੇ ਜਿਵੇਂ ਵੱਖ ਵੱਖ ਇਲਾਕਿਆਂ ਦੇ ਵਿੱਚ, ਪੰਜਾਬ ਦੇ ਵਿੱਚ ਕਿ ਯੂਪੀ ਤੇ ਕਿ ਹਰ ਥਾਂ ਦੇ ਉੱਤੇ ਜਿੱਥੋਂ ਤੱਕ ਸਿੱਖ ਰਾਜ ਫੈਲਿਆ ਹੋਇਆ ਸੀ, ਇੱਥੋਂ ਤੱਕ ਇਵੇਂ ਕਹਿ ਲਈਏ ਕਿ ਸਿੱਖ ਰਾਜ ਦਾ ਜੋ ਕਿ ਅਲੀਗੜ੍ਹ ਤੋਂ ਲੈ ਕੇ ਪੰਜਾਬ ਜਮਰੌਦ ਤੋਂ ਲੈ ਕੇ ਅਲੀਗੜ੍ਹ, ਅਲੀਗੜ੍ਹ ਤੋਂ ਲੈ ਕੇ ਤਿੱਬਤ ਤੱਕ ਸਿੱਖਾਂ ਦਾ ਰਾਜ ਫੈਲਿਆ ਹੋਇਆ ਸੀ। ਉਹ ਵੱਖ ਵੱਖ ਮਿਸਲਾਂ ਦੇ ਜਿੱਥੇ ਲੋਕ ਜਿੱਥੇ ਵੀ ਆਪਣਾ ਰਾਜ ਕਰਦੇ ਸਨ ਤੇ ਉਸ ਇਲਾਕੇ ਦਾ ਜਿੰਨਾ ਵੀ ਉਸ ਇਲਾਕੇ ਦੇ ਵਿੱਚ ਉਪਜ ਦਾ 5ਵਾਂ ਹਿੱਸਾ ਹੁੰਦਾ ਉਹ ਸਿੱਖਾਂ ਨੂੰ ਉਹ ਇਲਾਕੇ ਦੇ ਲੋਕ ਦਿੰਦੇ। ਉਹਨਾਂ ਦੇ ਬਦਲੇ ਕੋਈ ਹੋਰ ਮੁਗਲ ਉਹਨਾਂ ਦੀ ਜੋ ਕਿ ਫੌਜ ਉਹਨਾਂ ਦੇ ਨਾਲ ਕੋਈ ਲੜਦਾ ਨਹੀਂ ਸੀ, ਕੋਈ ਤਬਾਹੀ ਨਹੀਂ ਸੀ ਕਰਦਾ, ਕੋਈ ਬਹੂ ਬੇਟੀਆਂ ਨਹੀਂ ਸੀ ਖੋ ਕੇ ਲੈ ਜਾਂਦਾ, ਉਹਨਾਂ ਸਾਰਿਆਂ ਦੀ ਰਾਖੀ ਇਹ ਸਿੱਖ ਕੌਮ ਕਰਦੀ ਸੀ, ਇਹ ਸਿੱਖ ਮਿਸਲਾਂ ਵਾਲੇ ਹੀ ਕਰਦੇ ਸਨ। ਇਹਨਾਂ ਵਿੱਚੋਂ ਸਭ ਤੋਂ ਜਿਹੜੀ ਪ੍ਰਮੁੱਖ ਮਿਸਲ ਹੈ, ਇਹਨਾਂ 12 ਮਿਸਲਾਂ ਵਿੱਚ ਪ੍ਰਮੁੱਖ ਹੈ ਆਹਲੂਵਾਲੀਆ ਮਿਸਲ। ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਇੱਕ ਹੈ ਜਿਸਦੀ ਸਥਾਪਨਾ ਲਾਹੌਰ ਦੇ ਪਿੰਡ ਆਹਲੂ ਦੇ ਵਾਸੀ ਇੱਕ ਕਲਾਲ ਸਿੱਖ ਸਦਾ ਸਿੰਘ ਨਾਮ ਦਾ ਵੰਸ਼ ਜਿਸਦਾ ਨਾਂ ਹੈ ਜੱਸਾ ਸਿੰਘ ਨੇ ਕੀਤੀ ਸੀ, ਜਿਸਦਾ ਪਿਓ ਦਾ ਨਾਂ ਬਦਰ ਸਿੰਘ ਸੀ। ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤਪਾਨ ਕਰਕੇ 1712 ਵਿੱਚ ਪੈਦਾ ਹੋਏ ਜੱਸਾ ਸਿੰਘ ਆਹਲੂਵਾਲੀਆ 18ਵੀਂ ਸਦੀ ਵਿੱਚ ਹੋਏ ਸਿੱਖ ਸੰਘਰਸ਼ਾਂ ਦੇ ਮਹੱਤਵਪੂਰਨ ਯੋਗਦਾਨ ਪਾਇਆ। ਨਵਾਬ ਕਪੂਰ ਸਿੰਘ ਦਾ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਵਾਂਗ ਹੀ ਪਾਲਿਆ, ਵੱਡਿਆ, ਕੀਤਿਆਂ ਔਰ ਜੰਗ ਦੇ ਮੈਦਾਨ ਦੇ ਵਿੱਚ ਹਰ ਥਾਂ ਦੇ ਉੱਤੇ ਉਹਨਾਂ ਦੇ ਨਾਲ ਸਹਾਈ ਹੋਏ। ਸਿੱਖ ਸ਼ਕਤੀ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ, ਜਿੱਥੇ ਤਰਨਾ ਦਲ ਦੇ 5 ਜਥਿਆਂ ਵਿੱਚੋਂ ਇੱਕ ਸੀ। ਉੱਥੇ ਸਨ 1748 ਵਿਸਾਖੀ ਵਿੱਚ ਪਹਿਲਾਂ ਤੇ 65 ਸਿੱਖ ਜਥਿਆਂ ਵਿੱਚ ਵੰਡੇ। ਜਥੇ ਵੱਖ ਵੱਖ ਰੂਪ ਸਨ, ਲੇਕਿਨ ਜਦੋਂ ਸਿੱਖਾਂ ਨੇ ਨਵਾਬ ਕਪੂਰ ਸਿੰਘ ਨੇ ਇੱਥੇ ਸਾਰੇ ਸਿੰਘਾਂ ਨੂੰ ਇਕੱਤਰਤਾ ਕਰਕੇ ਕੇਵਲ ਤੇ ਕੇਵਲ 12 ਮਿਸਲਾਂ ਹੀ ਬਣਾ ਦੇਣੀਆਂ ਕੀਤੀਆਂ ਸਨ। ਉਹਨਾਂ ਦੇ ਵਿੱਚ ਜੱਸਾ ਸਿੰਘ ਨੂੰ ਇੱਕ ਪਹਿਲੀ ਮਿਸਲ ਦਾ ਆਹਲੂਵਾਲੀਆ ਮਿਸਲ ਦਾ ਮੁਖੀ ਥਾਪਿਆ ਗਿਆ। ਦਲ ਖਾਲਸਾ ਨੂੰ ਅੱਗੋਂ 11 ਮਿਸਲਾਂ ਦੇ ਵਿੱਚ ਵੰਡਿਆ ਗਿਆ, ਜਿਨ੍ਹਾਂ ਦੇ ਵਿੱਚੋਂ 6 ਬੁੱਢਾ ਦਲ ਦੇ ਅਧੀਨ ਆਉਂਦੀਆਂ ਸਨ ਤੇ 5 ਤਰੁਣਾ ਦਲ ਦੇ ਅਧੀਨ ਆਉਂਦੀਆਂ ਸਨ। ਇਹਨਾਂ ਮਿਸਲਾਂ ਦਾ ਬੁੱਢਾ ਦਲ ਦੀਆਂ ਮਿਸਲਾਂ ਸ਼ਾਮਿਲ ਕੀਤਾ ਗਿਆ। ਜੱਸਾ ਸਿੰਘ ਦੀ ਅਗਵਾਈ ਅਧੀਨ ਦਲ ਖਾਲਸਾ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। 1753 ਵਿੱਚ ਮੀਰ ਮਨੂ ਦੀ ਮੌਤ ਤੋਂ ਪੈਦਾ ਹੋਈ ਅਰਾਜਕਤਾ ਦੀ ਸਥਿਤੀ ਤੋਂ ਲਾਭ ਉਠਾਉਂਦੀਆਂ ਹੋਈਆਂ ਬਹੁਤ ਸਾਰੇ ਇਲਾਕੇ ਜਿੱਤੇ।
ਜਦੋਂ ਮੀਰ ਮੰਨੂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਸਿੱਖਾਂ ਦਾ ਹੱਥ ਖੁੱਲ ਗਿਆ, ਭਾਵ ਕਿ ਉਹਨਾਂ ਨਾਲ ਸਾਹਮਣੇ ਟੱਕਰ ਦੇਣ ਵਾਲਾ ਕੋਈ ਨਾ ਰਿਹਾ, ਤੇ ਉਸ ਸਮੇਂ ਸਿੱਖਾਂ ਨੇ ਕਾਫੀ ਜ਼ੋਰ ਦੇ ਨਾਲ ਆਪਣੇ ਵੱਖ ਵੱਖ ਇਲਾਕਿਆਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਜਿੱਤ ਰੱਖਣੀ ਕੀਤੀ। 1762 ਵਿੱਚ ਵੱਡੇ ਘੱਲੂਘਾਰੇ ਦੇ ਬਾਵਜੂਦ ਵੀ 2 ਸਾਲ ਬਾਅਦ ਸਰਹੰਦ ਜਿੱਤ ਲਿਆ। ਦੇਖੋ ਅਸੀਂ ਛੋਟਾ ਘੱਲੂਘਾਰੇ ਦੇ ਬਾਰੇ ਅਸੀਂ ਪੜ੍ਹਿਆ ਸੀ, ਉਦੋਂ ਵਿਚਾਰਿਆ ਸੀ। ਉਸ ਤੋਂ ਬਾਅਦ 62 ਦੇ ਵਿੱਚ 1762 ਦੇ ਵਿੱਚ ਫਿਰ ਵੱਡਾ ਘੱਲੂਘਾਰਾ ਵਿੱਚ ਹੁੰਦਾ ਹੈ, ਜਿਹਦੇ ਵਿੱਚ ਤਕਰੀਬਨ 30,000 ਤੋਂ 50,000 ਤੱਕ ਉਸ ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੱਥੋਂ ਤੱਕ ਸਿੱਖਾਂ ਦੇ ਘਰ ਘਰ ਘਾਟ ਉਜਾੜ ਦਿੱਤੇ, ਲੇਕਿਨ ਸਿੱਖਾਂ ਨੇ ਫਿਰ ਵੀ ਇੰਨੀ ਹਿੰਮਤ ਇੰਨੀ ਦਲੇਰੀ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਕੇ ਇੰਨੀ ਵਫਾਦਾਰੀ ਦੇ ਨਾਲ ਖਾਲਸੇ ਪੰਥ ਦੀ ਅਗਾਂਹ ਵਧੂ ਸੋਚ ਨੂੰ ਲੈ ਕਰਕੇ ਤੁਰੇ ਕਿ ਉਹਨਾਂ ਨੇ 2 ਸਾਲ ਬਾਅਦ ਹੀ ਸਰਹੰਦ ਜਿੱਤ ਲਿਆ। 1777 ਈਸਵੀ ਵਿੱਚ ਰਾਏ ਇਬਰਾਹੀਮ ਨਾਂ ਦਾ ਭੱਟੀ ਜਗੀਰਦਾਰ ਨੂੰ ਹਰਾ ਕੇ ਕਪੂਰਥਲਾ ਨਗਰ ਵੀ ਜਿੱਤ ਲਿਆ ਅਤੇ ਉਸ ਨੂੰ ਆਹਲੂਵਾਲੀਆ ਮਿਸਲ ਦਾ ਸਰਦਾਰ ਮੁਕਰਰ ਕਰ ਦਿੱਤਾ। ਇਸ ਮਿਸਲ ਦਾ ਅਧਿਕਾਰ ਖੇਤਰ ਕੋਟ ਈਸਾ ਖਾਂ, ਜਗਰਾਓ ਤੇ ਈਸੜੂ, ਫਤਿਹਗੜ੍ਹ ਸਾਹਿਬ ਤੋਂ ਇਲਾਵਾ ਜਲੰਧਰ, ਦੁਆਬਾ, ਸੁਲਤਾਨਪੁਰ ਲੋਧੀ ਤੇ ਆਲੇ ਦੁਆਲੇ ਦੇ ਇਲਾਕੇ ਬਾਰ ਦੁਆਬੀ, ਜੰਡਿਆਲਾ, ਸਠਿਆਲਾ, ਜਲਾਲਾਬਾਦ, ਵੈਰੋਵਾਲ, ਸਰਹਾਲੀ, ਗੋਂਦਵਾਲ, ਤਰਨ ਤਾਰਨ ਅਤੇ ਖਡੂਰ ਸਾਹਿਬ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਫਗਵਾੜਾ, ਉੜਮੁੜ ਟਾਂਡਾ, ਅਹੀਆਪੁਰ ਤੇ ਜ਼ਿਮੀਦਾਰਾਂ ਦੇ ਖਿਰਾਜ ਲੈਂਦੇ ਸਨ। 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਚਚੇਰੇ ਭਰਾ ਭਾਗ ਸਿੰਘ ਨੂੰ ਮਿਸਲਦਾਰ ਬਣਾਇਆ, ਜਿਸ ਦੀ ਮੌਤ 1801 ਈਸਵੀ ਦੇ ਵਿੱਚ ਹੋਈ। ਉਸਦੀ ਮੌਤ ਤੋਂ ਬਾਅਦ ਲੜਕਾ ਫਤਿਹ ਸਿੰਘ ਮਿਸਲ ਦਾ ਗੱਦੀ ਉੱਤੇ ਬੈਠਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਪੱਗ ਵੱਟ ਭਰਾ ਬਣਿਆ, ਮਿੱਤਰ ਬਣਿਆ, ਦੋਸਤ ਬਣਿਆ ਤੇ ਉਹਨਾਂ ਨੂੰ ਦੋਸਤਾਂ ਨੂੰ ਦੋਹਾਂ ਖਾਨਦਾਨਾਂ ਨੂੰ ਆਪਸ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ। 1846 ਈਸਵੀ ਤੱਕ ਅੰਗਰੇਜ਼ਾਂ ਦੇ ਰਾਜ ਜੋ ਕਿ ਹਿੰਦੁਸਤਾਨ ਤੱਕ ਜਦੋਂ ਪੰਜਾਬ ਦੇ ਵਿੱਚ ਪਹਿਲਾਂ 1810 ਦੇ ਵਿੱਚ ਜਦੋਂ ਸੰਧੀ ਹੁੰਦੀ ਹੈ ਤੇ ਉਸ ਤੋਂ ਬਾਅਦ ਯਾਨੀ ਕਿ ਸਤਲੁਜ ਤੋਂ ਦਰਿਆ ਤੋਂ ਪਾਰ ਨਹੀਂ ਸਨ ਹੋ ਸਕਦੇ। ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਇਲਾਕਾ ਫਿਰ ਜਾ ਕੇ ਅੰਗਰੇਜ਼ਾਂ ਕੋਲ ਕਪੂਰਥਲੇ ਰਿਆਸਤ ਅੰਗਰੇਜ਼ਾਂ ਦੇ ਸਰਪ੍ਰਸਤ ਆਈ ਤੇ ਫਤਿਹ ਸਿੰਘ ਦੀ ਸੰਤਾਨ 1748 ਵਿੱਚ ਰਿਆਸਤ ਦੀ ਹਕੂਮਤ ਚੱਲਦੀ ਰਹੀ। 1948 ਦੇ ਵਿੱਚ ਪੈਪਸੂ ਦੇ ਕੋਲ ਇਹ ਸ਼ਾਮਿਲ ਹੋ ਗਿਆ। ਇਹ ਰਾਜ ਪਹਿਲਾਂ ਵੱਖਰੇ ਤੌਰ ਤੇ ਚੱਲਦੇ ਰਹੇ। 1948 ਵਿੱਚ ਇਹਨਾਂ ਰਿਆਸਤਾਂ ਨੂੰ ਬਾਅਦ ਦੇ ਵਿੱਚ ਪੈਪਸੂ ਦੇ ਵਿੱਚ ਕਰਕੇ ਇਹਨਾਂ ਨੇ ਇਕੱਠੀਆਂ ਕਰ ਲਈਆਂ। ਦੂਸਰੀ ਮਿਸਲ ਸੀ ਸਿੰਘਪੁਰੀਆ ਮਿਸਲ, ਜਾਂ ਇਸਨੂੰ ਫੈਜ਼ਲਪੁਰੀਆ ਵੀ ਆਖਿਆ ਜਾਂਦਾ ਹੈ। ਸਿੰਘਪੁਰੀਆ ਜਾਂ ਫੈਜ਼ਲਪੁਰੀਆ ਮਿਸਲ ਬਹੁਤ ਮਹੱਤਵਪੂਰਨ ਮਿਸਲ ਸੀ। ਇਸ ਮਿਸਲ ਦਾ ਸੰਸਥਾਪਕ ਨਵਾਬ ਵਾਹਿਗੁਰੂ ਸਰਦਾਰ ਕਪੂਰ ਸਿੰਘ ਵਿਰਕ ਸੀ, ਜਿਸਦਾ ਜਨਮ 1697 ਵਿੱਚ ਪਾਕਿਸਤਾਨ ਵਿੱਚ ਪੈਦਾ ਹੋਇਆ, ਜੋ ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ ਪਿੰਡ ਕਾਲੋ ਵਿਖੇ ਪੈਦਾ ਹੋਇਆ। ਬਾਅਦ ਦੇ ਵਿੱਚ ਸਰਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਫੈਜ਼ਲਪੁਰ ਜਿੱਤ ਲਿਆ। ਫੈਜ਼ਲਪੁਰ ਕਪੂਰ ਸਿੰਘ ਫੈਜ਼ਲਪੁਰੀਆ ਕਿਹਾ ਜਾਣ ਲੱਗਾ, ਇਹਦਾ ਨਾਂ ਬਦਲ ਦੇ ਕੇ ਸਿੰਘਪੁਰਾ ਰੱਖ ਦਿੱਤਾ। ਇਸ ਨੂੰ ਮਿਸਲ ਸਿੰਘਪੁਰੀਆ ਮਿਸਲ ਨਾਂ ਦੇ ਨਾਲ ਪੈ ਗਿਆ। ਕਪੂਰ ਸਿੰਘ ਨੇ ਸਿੱਖ ਇਤਿਹਾਸ ਦੀਆਂ ਬੜੀਆਂ ਅਹਿਮ ਘਟਨਾਵਾਂ ਆਪਣੇ ਸਾਹਮਣੇ ਦੇਖੀਆਂ ਸਨ। ਅਜੇ 11 ਵਰ੍ਹਿਆਂ ਦੇ ਸਨ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ। 19 ਵਰ੍ਹਿਆਂ ਦੇ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਿੱਲੀ ਵਿਖੇ 700 ਸਿੰਘਾਂ ਦੇ ਨਾਲ ਸ਼ਹੀਦ ਕੀਤਾ ਗਿਆ। 21 ਸਾਲ ਦੀ ਉਮਰ ਦੇ ਵਿੱਚ ਕਪੂਰ ਸਿੰਘ ਜੀ ਨੇ ਵਿਸਾਖੀ ਦੇ ਮੌਕੇ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਦੇ ਕੋਲੋਂ ਅੰਮ੍ਰਿਤ ਪਾਨ ਕੀਤਾ ਤੇ ਜਦੋਂ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਸਿੰਘ ਸੱਜੇ ਤੇ ਇਹ ਪਹਿਲੇ ਕਪੂਰ ਸਿੰਘ ਸਨ ਜੋ ਦਿੱਲੀ ਮਾਤਾ ਸੁੰਦਰੀ ਕੋਲ ਹੀ ਰਹਿੰਦੇ ਸਨ। ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਮਾਤਾ ਜੀ ਹੋਰਾਂ ਨੇ ਇਹਨਾਂ ਨੂੰ ਥਾਪ ਕੇ ਭੇਜ ਦੇਣਾ ਕੀਤਾ
ਤੇ ਉਹਨਾਂ ਦੇ ਕੋਲ ਰਹਿੰਦੇ ਸਨ। ਉਹਨਾਂ ਨੇ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਵਿਖੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਇਹਨਾਂ ਨੂੰ ਹੋਰ ਜੋੜਨਾ ਕੀਤਾ। ਸਮਾਗਮ ਦੀ ਵਿਸਾਖੀ ਦੀ ਕਾਰਵਾਈ ਭਾਈ ਮਨੀ ਸਿੰਘ ਜੀ ਨੇ ਨਿਭਾਈ, ਜਿਸ ਤੋਂ ਨਵਾਬ ਕਪੂਰ ਸਿੰਘ ਨੇ ਇਹਨਾਂ ਦੇ ਕੋਲੋਂ ਅੰਮ੍ਰਿਤਪਾਨ ਕੀਤਾ। 1733 ਵਿੱਚ ਮਜਬੂਰ ਹੋ ਕੇ ਜ਼ਕਰੀਆ ਖਾਨ ਨੇ ਲਾਈਆਂ ਪਾਬੰਦੀਆਂ ਨੂੰ ਨਰਮ ਕਰ ਦਿੱਤੀਆਂ ਤੇ ਕਿਹਾ ਕਿ ਆਗੂ ਜੀ ਨੂੰ ਨਵਾਬੀ ਦੀ ਉਪਾਧੀ, ਜਿਵੇਂ ਪਿੱਛੇ ਅਸੀਂ ਵਿਚਾਰਿਆ ਸੀ ਕਿ ਨਵਾਬ ਕਪੂਰ ਸਿੰਘ ਨੂੰ ਕਿਵੇਂ ਨਵਾਬੀ ਮਿਲੀ ਉਸਦੇ ਬਾਰੇ ਅਸੀਂ ਵਿਚਾਰਿਆ ਸੀ, ਤੇ ਉਹਨਾਂ ਨੂੰ ਨਵਾਬੀ ਕੋਈ ਨਹੀਂ ਸੀ ਲੈਂਦਾ। ਫਿਰ ਕਪੂਰ ਸਿੰਘ ਜੀ ਜੋ ਕਿ ਘੋੜਿਆਂ ਦੀ ਲਿੱਧ ਸਾਫ ਕਰਦੇ ਪਏ ਸਨ, ਇਹਨਾਂ ਨੂੰ ਨਵਾਬੀ ਉਸ ਸਮੇਂ ਦੇਣਾ ਕੀਤੀ ਤੇ ਨਵਾਬੀ ਦੇ ਵਿੱਚ ਦੀਪਾਲਪੁਰ, ਕੰਗਨਵਾਲ, ਚਬਾਲ, ਪਰਗਨੇ ਦੀ ਜ਼ਮੀਨ ਗੌਰਮੈਂਟ ਵੱਲੋਂ ਜ਼ਕਰੀਆ ਖਾਨ ਦੇ ਵੱਲੋਂ ਇਹਨਾਂ ਨੂੰ ਭੇਟਾ ਕੀਤੀ ਗਈ ਸੀ। ਆਪਸੀ ਸੋਚ ਵਿਚਾਰ ਕੇ ਸਿੱਖ ਜ਼ਕਰੀਆ ਖਾਨ ਨੂੰ ਪੇਸ਼ ਕਰਨਾ ਪ੍ਰਵਾਨ ਕਰ ਲਿਆ। ਸਭ ਨਜ਼ਰਾਂ ਕਪੂਰ ਸਿੰਘ ਵੱਲ ਸਨ, ਸੰਕੇਤ ਕਰ ਰਹੀਆਂ ਸਨ। ਸਰਦਾਰ ਕਪੂਰ ਸਿੰਘ ਨੂੰ ਖਾਲਸਾ ਨੇ ਨਵਾਬੀ ਦੀ ਉਪਾਧੀ ਲਈ ਚੁਣ ਲਿਆ। ਜ਼ਕਰੀਆ ਖਾਨ ਵੱਲੋਂ ਭੇਜੀ ਹੋਈ ਖਿਲਤ, ਜਿਸ ਦੇ ਵਿੱਚ ਇੱਕ ਸ਼ਾਲ, ਇੱਕ ਪਗੜੀ, ਇੱਕ ਹੀਰਿਆਂ ਦੀ ਜਿਹੜੀ ਕਲਗੀ ਤੇ ਸੋਨੇ ਦੇ ਕੰਗਣ, ਇੱਕ ਨੈਕਲਸ ਤੇ ਇੱਕ ਮੋਤੀਆਂ ਦੀ ਮਾਲਾ ਤੇ ਕੀਨ ਖਾਬ ਦੇ ਵਸਤਰ, ਵਧੀਆ ਵਸਤਰ, ਇੱਕ ਜੋੜਾ ਤੇ ਇੱਕ ਸ਼ਮਸ਼ੀਰ ਸ਼ਾਮਿਲ ਸਨ। ਉਹ ਵੀ ਕਪੂਰ ਸਿੰਘ ਜੀ ਹੋਰਾਂ ਨੂੰ ਦਿੱਤੇ। ਸਰਦਾਰ ਨੇ ਸ਼ੁਰੂਆਤ ਵਿੱਚ ਕਬੂਲ ਤਾਂ ਕਰ ਲਏ, ਲੇਕਿਨ ਕਬੂਲ ਕਰਨ ਲਈ ਅਨਾਕਾਨੀ ਕੀਤੀ, ਪਰੰਤੂ ਪੰਥ ਦੇ ਫੈਸਲੇ ਦੇ ਅੱਗੇ ਉਹ ਨਾ ਟਿਕ ਸਕੇ। ਉਹਨਾਂ ਨੂੰ ਪੰਥ ਦੇ ਉਹ ਹੁਕਮ ਮੰਨਣਾ ਪਿਆ, ਝੁਕਣਾ ਪਿਆ, ਤੇ ਸਰਦਾਰ ਨੇ ਨਿਮਰਤਾ ਦਿਖਾਉਂਦਿਆਂ ਹੋਈਆਂ ਇਹ ਗੱਲ ਆਖਣਾ ਕੀਤੀ ਕਿ ਜੇਕਰ ਇਹ ਖਿਲਤ ਮੈਨੂੰ ਦੇਣੀ ਹੈ ਤੇ ਪੰਥ ਦੇ ਪੰਜ ਪਿਆਰਿਆਂ ਦੇ ਕੋਲੋਂ ਇਹ ਚਰਨਾਂ ਨੂੰ ਛੁਹਾ ਕੇ ਮੈਨੂੰ ਦੇਣਾ ਕੀਤੀ ਜਾਵੇ, ਤਾਂ ਮੈਂ ਇਹ ਜਿਹੜੀ ਹੈ ਇਹ ਮੈਂ ਆਪਣੇ ਕੋਲ ਲਵਾਂਗਾ। ਇੱਕ ਛੋਟੀ ਜਿਹੀ ਇਤਿਹਾਸ ਦੀ ਸਾਖੀ ਜਸ ਸਿੰਘ ਆਲੂਵਾਲੀਆ ਦੀ ਆਉਂਦੀ ਹੈ। ਜਦੋਂ ਜਸ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਕੋਲ ਆਏ, ਕਿਉਂਕਿ ਮਾਤਾ ਸੁੰਦਰੀ ਜੀ ਦੇ ਕੋਲ ਰਿਹਾ ਕਰਦੇ ਸਨ, ਤੇ ਉਸ ਸਮੇਂ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ, ਤੇ ਇਹ ਇੱਥੇ ਆਣ ਕਰਕੇ ਜਦੋਂ ਇਹ ਦਿੱਲੀ ਦੀ ਥੋੜੀ ਬੋਲੀ ਦੇ ਵਿੱਚ ਅਰਬੀ ਦੀ ਬੋਲੀ ਬੋਲਦੇ ਸਨ, ਉਰਦੂ ਦੀ ਬੋਲੀ ਬੋਲਦੇ ਸਨ, ਤੇ ਛੋਟੀ ਉਮਰ ਦੇ ਵਿੱਚ ਸਨ, ਤੇ ਨਵਾਬ ਕਪੂਰ ਸਿੰਘ ਦੇ ਕੋਲ ਆਏ, ਤੇ ਥੋੜਾ ਜਿਹਾ ਹਮਕੋ ਤੁਮਕੋ ਇਹਨਾਂ ਦੀ ਭਾਸ਼ਾ ਦੇ ਵਿੱਚ ਥੋੜਾ ਹੈ ਸੀ ਬੋਲੀ ਦੇ ਵਿੱਚ, ਤੇ ਸਾਰੇ ਇਹਨਾਂ ਨੂੰ ਛੋਟੇ ਜਾਣ ਕੇ ਸਾਰੇ ਹਮਕੋ ਤੁਮਕੋ ਕਰਕੇ ਉਹਨੂੰ ਛੇੜਿਆ ਕਰਦੇ ਸਨ। ਤੇ ਇੱਕ ਦਿਨ ਨਵਾਬ ਕਪੂਰ ਸਿੰਘ ਦੇ ਕੋਲ ਜਾ ਕੇ ਜੱਸਾ ਸਿੰਘ ਨੇ ਸ਼ਿਕਾਇਤ ਕੀਤੀ ਕਿ ਮੈਨੂੰ ਸਾਰੇ ਸਿੰਘ ਜਿਹੜੇ ਨੇ ਹਮਕੋ ਤੁਮਕੋ ਕਰਕੇ ਛੇੜਦੇ ਨੇ, ਇਹ ਮੈਨੂੰ ਮੇਰਾ ਨਾਂ ਹੀ ਉਲਟੇ ਕਰਕੇ ਮੈਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ। ਤੇ ਉਸ ਸਮੇਂ ਨਵਾਬ ਕਪੂਰ ਸਿੰਘ ਨੇ ਇੱਕ ਗੱਲ ਆਖਣਾ ਕੀਤੀ, ਕਹਿਣ ਲੱਗੇ ਇਹ ਖਾਲਸਾ ਬੜਾ ਬੇਨਤੀ ਹੋ, ਜੇਕਰ ਖਾਲਸੇ ਦੇ ਉੱਤੇ ਖਾਲਸੇ ਦੀ ਰਹਿਮਤ ਤੇਰੇ ਉੱਤੇ ਹੋ ਗਈ ਨਾ, ਮੇਰੇ ਉੱਤੇ ਵੇਖ ਲਾ, ਮੈਂ ਇੱਕ ਲਿੱਧ ਚੁੱਕਣ ਵਾਲਾ, ਘੋੜਿਆਂ ਨੂੰ ਪੱਠੇ ਪਾਉਣ ਵਾਲਾ, ਘੋੜਿਆਂ ਦੀ ਲਿੱਧ ਚੁੱਕਣ ਵਾਲਾ, ਮੈਨੂੰ ਖਾਲਸੇ ਪੰਥ ਨੇ ਨਵਾਬੀ ਦੇ ਦੇਣਾ ਕੀਤੀ ਆ, ਜੇਕਰ ਤੇਰੇ ਉੱਤੇ ਪਤਾ ਨੀ ਕਿੰਨੀ ਕੁ ਰਹਿਮਤ ਹੋ ਜਾਣੀ ਹੈ, ਜੇਕਰ ਤੂੰ ਇਸ ਕਦੇ ਵੀ ਇਹਨਾਂ ਦਾ ਗੁੱਸਾ ਨਾ ਕਰੀ। ਤੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਜੱਸਾ ਸਿੰਘ ਆਲੂਵਾਲੀਆ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਲੜਦਿਆਂ ਇਹਨਾਂ ਨੂੰ 18-22 ਫੱਟ ਲੱਗੇ ਸਨ, ਤੇ ਉਸ ਸਮੇਂ ਇਹਨਾਂ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਵੀ ਦੇਣਾ ਕੀਤਾ ਸੀ। ਤੇ ਉਹੀ ਗੱਲ, ਨਵਾਬ ਕਪੂਰ ਸਿੰਘ ਜਦੋਂ ਉਲਝਣਾ ਦੇ ਬਹੁਤ ਸਿਆਣੇ ਸੂਝਵਾਨ ਸਨ, ਕਿਉਂਕਿ ਇਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਸਨ, ਸਮਾਜ ਦੇ ਜਾਂ ਰਾਜਨੀਤਿਕ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਤਰਾਅ ਚੜ੍ਹਾਅ ਸਾਰਾ ਕੁਛ ਦੇਖਣਾ ਕੀਤਾ ਸੀ। ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਕਾਰਜ ਦੇਖਣਾ ਕੀਤੇ, ਮੀਰ ਮੰਨੂ ਦਾ ਸਮਾਂ ਦੇਖਿਆ, ਜ਼ਕਰੀਆ ਖਾਨ ਦਾ ਸਮਾਂ ਦੇਖਿਆ,
ਤੇ ਜਦੋਂ ਸਾਰਾ ਕੁਛ ਵੇਖਦੇ ਆਏ ਆ ਪੰਥ ਵਾਲਿਆਂ ਨੇ ਸੋਚਿਆ ਕਿ ਇਹਨਾਂ ਤੋਂ ਯੋਗ ਨਵਾਬ ਕਪੂਰ ਸਿੰਘ ਤੋਂ ਯੋਗ ਹੋਰ ਕੋਈ ਨਹੀਂ ਹੋ ਸਕਦਾ ਜਿਹੜਾ ਕਿ ਪੰਥ ਨੂੰ ਅਗਾਹੋਂ ਤੋਰ ਕੇ ਜੋ ਕਿ ਅੱਗੇ ਸੋਚ ਸਕਦਾ ਹੋਏ। ਘੋੜਿਆਂ ਦੀ ਲਿੱਧ ਸੁੱਟਦੇ ਸਨ ਤੇ ਨਵਾਬ ਕਪੂਰ ਸਿੰਘ ਨੇ ਸਿੱਖ ਦੇ ਉਲਝਣਾਂ ਦੀ ਪਰੇਸ਼ਾਨੀ ਦੇ ਆਲਮ ਚੋਂ ਬਾਹਰ ਕੱਢਣ ਵਾਸਤੇ ਦਲ ਖਾਲਸੇ ਦਾ ਸੰਗਠਨ ਕੀਤਾ। ਇਹਨਾਂ ਨੇ ਦਲ ਖਾਲਸੇ ਦਾ ਸੰਗਠਨ ਕੀਤਾ ਸੀ। ਬੁੱਢਾ ਦਲ ਤੇ ਤਰਣਾ ਦਲ ਬਣਾਏ ਗਏ ਸਨ। 40 ਸਾਲ ਦੀ ਉਮਰ ਤੱਕ ਦੇ ਜਿੰਨੇ ਸਿੱਖ ਸਨ, 40 ਸਾਲ ਤੋਂ ਘੱਟ ਜਿਹੜੇ ਸਨ, ਉਹਨਾਂ ਨੂੰ ਤਰੁਣਾ ਦਲ, ਤਰੁਣਾ ਤੋਂ ਭਾਵੇਂ ਜਵਾਨ ਸਿੰਘਾਂ ਦਾ ਦਲ, ਤੇ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਬੁੱਢਾ ਦਲ ਦੇ ਵਿੱਚ ਸ਼ਾਮਿਲ ਕਰ ਲਿਆ। ਜਿੰਨੇ ਵੀ ਧਾਰਮਿਕ ਅਸਥਾਨ ਸਨ ਉਹਨਾਂ ਦੀ ਦੇਖਭਾਲ, ਗੁਰੂ ਘਰ ਦੀਆਂ ਸਿੱਖਿਆਵਾਂ ਪ੍ਰਚਾਰਨ, ਅੰਮ੍ਰਿਤਪਾਨ ਕਰਾਉਣ ਦਾ ਕੰਮ ਜਿਹੜਾ ਸੀ ਬੁੱਢਾ ਦਲ ਨੂੰ ਸੌਂਪਿਆ ਕਿ ਪਿੰਡਾਂ ਦੇ ਵਿੱਚ ਜਾਓ, ਪ੍ਰਚਾਰ ਕਰੋ, ਲੋਕਾਂ ਨੂੰ ਗੁਰਮਤ ਦੇ ਨਾਲ ਜੋੜੋ, ਗੁਰਸਿੱਖੀ ਨਾਲ ਜੋੜੋ, ਸੰਥਿਆ ਦਿਓ, ਗੁਰਬਾਣੀ ਸੰਥਿਆ ਦੇ ਨਾਲ ਜੋੜੋ। ਇਹ ਸਾਰਾ ਕਾਰਜ ਬੁੱਢਾ ਦਲ ਦੇ ਸਿੰਘਾਂ ਨੂੰ ਦੇਣਾ ਕੀਤਾ। ਤੇ ਤਰਣਾ ਦਲ ਨੂੰ ਲੋਹਾ ਲੈਣ ਵਾਸਤੇ ਸੰਕਟ ਦੀ ਘੜੀ ਦੇ ਵਿੱਚ ਦੁਸ਼ਮਣਾਂ ਦਾ ਨਾਲ ਲੋਹਾ ਲੈਣ ਵਾਸਤੇ ਇਹਨਾਂ ਨੂੰ ਤੋੜਨਾ ਕੀਤਾ ਸੀ। ਤੇ ਨਵਾਬ ਕਪੂਰ ਸਿੰਘ ਨੇ ਤਰੁਣਾ ਦਲ ਨੂੰ ਇੱਕ ਕਰੜੀ ਕੰਮ ਵੀ ਸੀ, ਸਾਰੇ ਸਰਦਾਰ ਹੁਕਮ ਮੰਨਦੇ ਸਨ। ਦੇਖੋ ਬੇਸ਼ੱਕ ਇਹ ਉਸ ਦਲ ਦੇ ਮੁਖੀ ਸਨ, ਲੇਕਿਨ ਸਾਰੇ ਸਿੱਖ ਇਹਨਾਂ ਨੂੰ ਜਥੇਦਾਰ ਵਜੋਂ ਜਾਣ ਕਰਕੇ ਇਹਨਾਂ ਦੇ ਸਾਰੇ ਹੀ ਬੜੀ ਦੀਦ ਕਰਦੇ ਸਨ, ਬੜੇ ਆਗਿਆਕਾਰੀ ਹੋ ਕੇ ਕੋਈ ਵੀ ਇਹਨਾਂ ਤੋਂ ਬਾਹਰੀ ਜਥਾ ਨਹੀਂ ਸੀ ਜਾਂਦਾ, ਇਹਨਾਂ ਦੇ ਅਧੀਨਗੀ ਸਾਰੇ ਸਵੀਕਾਰ ਕਰਦੇ ਸਨ, ਸਾਰੇ ਸਰਦਾਰ ਹੁਕਮ ਮੰਨਦੇ ਸਨ। ਬਹੁਤ ਜਲਦੀ ਤਰੁਣਾ ਦਲ ਯੋਧਿਆਂ ਦੇ ਵਿੱਚ ਕੋਈ 15,000 ਤੱਕ ਸਿੱਖਾਂ ਦੀ ਗਿਣਤੀ ਹੋਣੀ ਸ਼ੁਰੂ ਹੋ ਗਈ। ਨਵਾਬ ਕਪੂਰ ਸਿੰਘ ਨੇ ਯੋਧਿਆਂ ਉੱਤੇ ਪੰਜ ਗਰੁੱਪ ਬਣਾ ਦਿੱਤੇ, ਜਿਨ੍ਹਾਂ ਨੂੰ ਜਥੇ ਕਿਹਾ ਜਾਂਦਾ ਸੀ। ਹਰ ਜਥੇ ਦੀ ਕਮਾਨ ਇੱਕ ਜਥੇਦਾਰ ਨੂੰ ਦਿੱਤੀ ਜਾਂਦੀ ਸੀ। ਪਹਿਲਾਂ ਜਥੇ ਦੀ ਕਮਾਨ ਬਾਬਾ ਦੀਪ ਸਿੰਘ, ਭਾਈ ਨੱਥਾ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਨੂੰ ਦਿੱਤੀ ਗਈ। ਦੂਜੇ ਜਥੇ ਦੀ ਕਮਾਂਡ ਭਾਈ ਪ੍ਰੇਮ ਸਿੰਘ, ਭਾਈ ਧਰਮ ਸਿੰਘ ਨੂੰ ਦਿੱਤੀ ਗਈ। ਤੀਜੇ ਜਥੇ ਦੀ ਭਾਈ ਕਾਹਨ ਸਿੰਘ ਤੇ ਉਹਨਾਂ ਨੂੰ ਕਮਾਨ ਦਿੱਤੀ ਗਈ ਭਾਈ ਹਰੀ ਸਿੰਘ ਨੂੰ, ਭਾਈ ਬਾਗ ਸਿੰਘ ਜੀ ਹੋਰਾਂ ਨੂੰ। ਚੌਥੇ ਜਥੇ ਦੇ ਭਾਈ ਦਸੌਂਦਾ ਸਿੰਘ ਨੂੰ, ਕਰਮ ਸਿੰਘ ਨੂੰ, ਭਾਈ ਗੁਰਦਿਆਲ ਸਿੰਘ ਨੂੰ ਦਿੱਤੀ। ਤੇ ਪੰਜਵਾਂ ਜਿਹੜਾ ਜਥਾ ਸੀ ਭਾਈ ਵੀਰ ਸਿੰਘ, ਭਾਈ ਮਦਨ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੂੰ ਦਿੱਤੀ। ਹਰ ਇੱਕ ਜਥੇ ਦਾ ਇੱਕ ਵੱਖਰਾ ਬੈਨਰ, ਧੌਂਸਾ ਤੋਂ ਭਾਵ ਨਗਾਰਾ, ਹਰੇਕ ਦਾ ਝੰਡਾ ਵੱਖਰਾ ਵੱਖਰਾ ਸੀ। ਹਰੇਕ ਜਥੇ ਦੇ ਇਲਾਕੇ ਦਾ ਵੇਰਵਾ ਅਕਾਲ ਤਖ਼ਤ ਵਿਖੇ ਰੱਖਿਆ ਜਾਂਦਾ ਸੀ। ਇਸ ਤੋਂ ਬਾਅਦ 7 ਜਥੇ ਹੋਰ ਬਣਾਏ ਜਾਂਦੇ। ਨਵਾਬ ਕਪੂਰ ਸਿੰਘ ਜੀ ਹੋਰਾਂ ਨੇ 1748 ਵਿੱਚ ਉਹਨਾਂ ਲੀਡਰ ਪੰਥ ਦੀ ਲੀਡਰਸ਼ਿਪ ਛੱਡੀ ਤੇ ਪੰਜ ਦਰਿਆਵਾਂ ਦੀ ਧਰਤੀ 12 ਜਥੇ 12 ਮਿਸਲਾਂ ਦੇ ਵਿੱਚ ਰਾਜ ਕਰ ਰਹੀਆਂ ਸਨ। ਉਹਨਾਂ ਨੇ ਨਵਾਬ ਕਪੂਰ ਸਿੰਘ ਨੇ 1755 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਦੀ ਕੋਈ ਔਲਾਦ ਨਹੀਂ ਹੁੰਦੀ। ਉਹਨਾਂ ਦੇ ਆਪਣੇ ਉਹਨਾਂ ਦੇ ਭਤੀਜਾ ਜੀ ਸਨ ਜਿਹਨਾਂ ਦਾ ਨਾਂ ਭਾਈ ਖੁਸ਼ਹਾਲ ਸਿੰਘ ਸੀ, ਉਹਨਾਂ ਨੂੰ ਸਿੰਘਪੁਰੀ ਮਿਸਲ ਦਾ ਸਰਦਾਰ ਥਾਪਿਆ ਗਿਆ। ਖੁਸ਼ਹਾਲ ਸਿੰਘ ਜੀ ਹੋਰਾਂ ਨੇ 1759 ਵਿੱਚ ਹਾਕਮ ਸ਼ੇਖ ਨਿਜ਼ਾਮੂਦੀਨ ਨੂੰ ਹਰਾ ਕੇ ਜਲੰਧਰ ਫਤਿਹ ਕੀਤਾ ਸੀ, ਕਰ ਲਿਆ ਸੀ ਅਤੇ ਇਸ ਮਿਸਲ ਦੀ ਰਾਜਧਾਨੀ ਬਣਾ ਲਿਆ। ਉਪਰੰਤ ਹੈਬਤਪੁਰ ਅਤੇ ਪੱਟੀ ਦੇ ਪਰਗਨੇ ਕਸੂਰ ਪਠਾਣ ਦੇ ਸਰਦਾਰਾਂ ਕੋਲੋਂ ਖੋਹ ਲਏ ਸਨ। 1764 ਵਿੱਚ ਸਰਹੰਦ ਫਤਿਹ ਕਰ ਲਿਆ। ਖੁਸ਼ਹਾਲ ਸਿੰਘ ਦੇ ਹਿੱਸੇ ਵਿੱਚ ਭਰਤਗੜ੍ਹ, ਮਛੌਲੀ, ਘਨੌਲੀ, ਮਨੌਲੀ ਅਤੇ ਹੋਰ ਪਿੰਡ ਆਏ। ਅਸਲ ਵਿੱਚ ਜਦੋਂ ਸਰਹੰਦ ਫਤਿਹ ਕੀਤਾ ਸੀ ਨਾ, ਇਹ ਸਾਰੇ ਸਿੰਘਾਂ ਮਿਸਲਾਂ ਨੇ ਇਕੱਠੇ ਹੋ ਕੇ ਕੀਤਾ ਸੀ। ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਇਲਾਕੇ ਵੰਡ ਲੈਂਦੇ ਸਨ। ਸਿੰਘਪੁਰੀਆ ਮਿਸਲ ਬਾਰੀ ਦੁਆਬ ਵਿੱਚੋਂ ਸਾਲਾਨਾ 2 ਲੱਖ ਰੁਪਏ, ਜਲੰਧਰ ਤੇ ਦੁਆਬੇ ਦੇ 1 ਲੱਖ ਰੁਪਏ, ਸੂਬੇ ਸਰਹੰਦ ਤੋਂ 50,000 ਰੁਪਏ ਸਾਲਾਨਾ ਆਮਦਨ ਸੀ। ਖੁਸ਼ਹਾਲ ਸਿੰਘ ਨੇ 1795 ਵਿੱਚ ਮੌਤ ਹੁੰਦੀ ਹੈ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਬੁੱਧ ਸਿੰਘ ਮਿਸਲਦਾਰ ਥਾਪਿਆ। ਪਰ ਹੋਰ ਮਿਸਲਾਂ ਵਾਂਗੂ, ਸਰਦਾਰਾਂ ਵਾਂਗੂ ਬਾਰ ਦੁਆਬੀ ਤੇ ਜਲੰਧਰ ਦੁਆਬੇ ਦੇ ਇਲਾਕੇ ਦੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਇਲਾਕੇ ਵਜੋਂ ਬੁੱਧ ਸਿੰਘ ਕੋਲ ਰਹਿਣ ਦਿੱਤਾ।
ਤੇ ਮਹਾਰਾਜਾ ਰਣਜੀਤ ਸਿੰਘ ਚੜ੍ਹਦਾ ਸੂਰਜ ਦੇ ਵਾਂਗ ਬੁੱਧ ਸਿੰਘ 1816 ਤੱਕ ਜਿਉਂਦਾ ਰਿਹਾ। ਉਸ ਤੋਂ ਉਸਦੇ ਸੱਤ ਪੁੱਤਰ ਸਨ। ਸਤਲੁਜ ਪਾਰ ਦੇ ਇਲਾਕੇ ਸੱਤ ਪੁੱਤਰਾਂ ਵਿੱਚ ਵੰਡ ਦਿੱਤੇ। ਅੰਗਰੇਜ਼ਾਂ ਨੇ ਬਰਤਾਨਵੀ ਹਕੂਮਤ ਵਿੱਚ ਬਾਅਦ ਦੇ ਵਿੱਚ ਇਹ ਇਲਾਕਾ ਸ਼ਾਮਿਲ ਕਰ ਲਿਆ ਸੀ। ਤੀਸਰੀ ਮਿਸਲ ਆਉਂਦੀ ਹੈ ਸ਼ੁਕਰ ਚੱਕੀਆ ਮਿਸਲ। ਇਹ ਮਿਸਲ ਮਹੱਤਵਪੂਰਨ ਮਿਸਲ ਹੈ ਜਿਸਦੇ ਵਾਰਸਾਂ ਨੇ ਪੰਜਾਬ ਦੇ ਉੱਪਰ ਰਾਜ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਇਸ ਮਿਸਲ ਦੇ ਮਹਾਂ ਸਿੰਘ ਦੇ ਪੁੱਤਰ ਸਨ। ਇਸੇ ਮਿਸਲ ਦੇ ਸਿਰਜੇ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵੜੈਚ ਗੋਤ ਦਾ ਜੱਟ ਕਾਲੂ ਲਾਹੌਰ ਤੋਂ 65-80 ਕਿਲੋਮੀਟਰ ਦੂਰ ਮੌਜਾਂ ਪਿੰਡ ਦੀਆਂ ਪੱਟੀਆਂ ਵਿੱਚ ਰਹਿੰਦਾ ਸੀ। ਇਸ ਥਾਂ ਦੇ ਪਤਨੀ ਨਾਲ ਕਾਲੂ ਆਪਣੀ ਸਾਂਸਰੀ ਰਾਜਾ ਸਾਂਸੀ ਜੋ ਅੰਮ੍ਰਿਤਸਰ ਦੇ ਰਾਜਾ ਸਾਂਸੀ ਪੈਂਦਾ ਹੈ ਅੰਮ੍ਰਿਤਸਰ ਪੁੱਜਿਆ ਜੋ ਕਿ ਅੰਮ੍ਰਿਤਸਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਜਗ੍ਹਾ ਤੇ ਸਾਂਸੀ ਲੋਕ ਰਿਹਾ ਕਰਦੇ ਸਨ। ਇੱਥੇ ਕਾਲੂ ਨੇ ਕਾਲੂ ਦੇ ਘਰ ਬੱਚਾ ਪੈਦਾ ਹੋਇਆ ਜਿਸਦਾ ਜਾਦੂ ਮਾਨ ਰੱਖਿਆ। ਕਾਲੂ ਨੇ ਉਸ ਥਾਂ ਤੋਂ ਉੱਠ ਕੇ ਵਜ਼ੀਰਾਬਾਦ ਤੋਂ ਕੁਝ ਦੂਰੀ ਦੇ ਉੱਤੇ ਪਿੰਡ ਸੰਦ ਰਹਿਣ ਵਿਖੇ ਚਲੇ ਗਏ। 1488 ਵਿੱਚ ਸਵਰਗਵਾਸ ਹੋਇਆ। ਜਾਦੂ ਮਾਨ ਸਾਂਸੀ ਲੋਕਾਂ ਨੇ ਪਾਲਿਆ। ਮੁੱਢਲੀ ਉਮਰ ਦੇ ਵਿੱਚ ਅਸਰ ਕਬੂਲਦਿਆਂ ਹੋਇਆ ਲੋਕਾਂ ਨੇ ਕਿੱਤੇ ਵਿੱਚ ਅਪਣਾ ਲਿਆ। ਸਾਂਸੀਆਂ ਦੀ ਮੁਹਿੰਮ ਦੇ ਵਿੱਚ ਲੈ ਜਾਣਾ ਸ਼ੁਰੂ ਕੀਤਾ। ਅਜਿਹੀਆਂ ਮੁਹਿੰਮਾਂ 1515 ਵਿੱਚ ਮਰ ਗਿਆ। ਉਹਦੇ ਪੁੱਤਰ ਗਲਬੇ ਵਿੱਚ ਸਾਰੀਆਂ ਆਦਤਾਂ ਮੌਜੂਦ ਸਨ। ਮਾਝਾ ਕਾਫੀ ਲੁੱਟਮਾਰ ਕਰਦਾ ਰਿਹਾ। 1569 ਵਿੱਚ ਸੰਧੂ ਸੰਧ ਵਿਖੇ ਪੂਰਾ ਹੋਇਆ। ਉਸ ਤੋਂ ਪੁੱਤਰ ਤੋਂ ਜੋ ਕਿ ਸੰਧ ਵਿਖੇ ਰਹਿੰਦਾ ਸੀ 1555 ਗੁਜਰਾਂਵਾਲ ਆਣ ਕੇ ਰੁਕ ਗਏ। ਗੁਜਰਾਂਵਾਲ ਦੇ ਇੱਕ ਛੋਟੇ ਜਿਹੇ ਪਿੰਡ ਸ਼ੁਕਰ ਚੱਕ ਦੇ ਵਿੱਚ ਰਹਿਣ ਲੱਗ ਪਏ। ਇਹਨਾਂ ਦੇ ਪਿਤਾ ਦੀ ਵਿਰਾਸਤ ਵਿੱਚ ਮਿਲੇ ਡੰਗਰ ਢੋਰ ਆਪਣੇ ਨਾਲ ਲੈ ਆਉਂਦੇ ਅਤੇ ਬੜੀ ਸ਼ਾਂਤੀ ਨਾਲ ਜੀਵਨ ਬਤੀਤ ਕਰਨ ਲੱਗੇ। ਸ਼ੁਕਰ ਚੱਕ ਵਿਖੇ ਕਾਫੀ ਜ਼ਮੀਨ ਬਣਾ ਲਈ। ਖੇਤੀ ਕਰਨ ਲੱਗ ਪਏ। ਟੱਬਰ ਪਾਲਣ ਪੋਸਣ ਲੱਗ ਪਏ। 1578 ਵਿੱਚ ਬਾਅਦ ਚ ਰਾਜਾ ਦੱਬ ਨੇ ਵੀ ਸ਼ੁਕਰ ਚੱਕ ਵਿੱਚ ਆਪਣਾ ਕਾਰੋਬਾਰ ਜਾਰੀ ਰੱਖਿਆ। 1620 ਈਸਵੀ ਵਿੱਚ ਮੌਤ ਹੋ ਜਾਂਦੀ ਹੈ। ਤਿੰਨੇ ਪੁੱਤਰ ਤੇਲੂ ਨੀਲੂ ਅਤੇ ਤਖਤਮਲ। ਇਹਨਾਂ ਚੋਂ ਤਖਤਮਲ ਨੇ ਸ਼ੁਕਰ ਚੱਕ ਵਿੱਚ ਖਿਆਲੀ ਦੀ ਜ਼ਮੀਨ ਲੈ ਕੇ ਸ਼ਾਹੂਕਾਰੀ ਦਾ ਕੰਮ ਸ਼ੁਰੂਆਤ ਕੀਤੀ। ਇੱਥੇ ਹੀ ਇਲਾਕੇ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਤਖਤਮਲ ਦੀ ਮੌਤ 1653 ਈਸਵੀ ਵਿੱਚ ਹੁੰਦੀ ਹੈ। ਇਸਦੇ ਦੋ ਲੜਕੇ ਬਾਲੂ ਤੇ ਬਾਰਾ। ਬਾਲੂ 18 ਸਾਲ ਦੀ ਉਮਰ ਵਿੱਚ ਇੱਕ ਪਿੰਡ ਤੇ ਹਮਲਾ ਕਰਨ ਸਮੇਂ ਕਤਲ ਹੋ ਜਾਂਦਾ ਹੈ ਤੇ ਬਾਰਾ ਜਿਸਦਾ ਸੁਭਾਅ ਸ਼ਾਂਤ ਕਰਕੇ ਭਾਈ ਵੀ ਕਿਹਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖ ਲਿਆ। ਇਹਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ ਅੰਮ੍ਰਿਤਸਰ ਵੱਲ ਤੁਰ ਪਿਆ। ਇੱਥੇ ਨਾ ਪਹੁੰਚ ਸਕਿਆ। ਫਿਰ ਸ਼ੁਕਰ ਚੱਕ ਅਤੇ ਖਿਆਲੀ ਦੇ ਲਾਗੇ ਗੁਰੂ ਨਾਨਕ ਦਾ ਸਿੱਖ ਹੋ ਕੇ ਬਾਣੀ ਦਾ ਪ੍ਰਚਾਰ ਕਰਨਾ ਆਰੰਭ ਕੀਤਾ। 1689 ਵਿੱਚ ਇਹਨਾਂ ਦਾ ਦੇਹਾਂਤ ਹੋਇਆ। ਆਖਰੀ ਇੱਛਾ ਸੀ ਕਿ ਮੇਰਾ ਪੁੱਤਰ ਬੁੱਢਾ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਬਣੇ। ਉਹਨਾਂ 9 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਕੇ ਬੁੱਢਾ ਸਿੰਘ ਬਣ ਗਿਆ। ਅੰਮ੍ਰਿਤਧਾਰੀ ਸਿੱਖ ਬਣ ਗਿਆ ਤੇ ਅੰਮ੍ਰਿਤ ਛਕਣ ਤੋਂ ਬਾਅਦ ਇੱਥੇ ਪ੍ਰਚਾਰਨ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਵਾਲਾ ਬਣ ਕੇ ਇਹਨੇ ਪ੍ਰਚਾਰ ਪ੍ਰਸਾਰ ਸ਼ੁਰੂ ਕਰ ਦਿੱਤਾ। ਸ਼ੁਕਰ ਚੱਕ ਵਿੱਚ ਬਹੁਤ ਵੱਡਾ ਘਰ ਬਣਾ ਲਿਆ। ਇੱਥੇ ਇਹਨਾਂ ਨੂੰ ਚੌਧਰੀ ਕਹਿ ਕੇ ਲੋਕ ਬੁਲਾਉਣਾ ਸ਼ੁਰੂ ਕੀਤਾ। ਇੱਥੇ ਇਹਨਾਂ ਨੇ ਬੁੱਢਾ ਸਿੰਘ ਨੇ ਘੋੜੀ ਉੱਪਰ ਸਵਾਰ ਹੋ ਕਰਕੇ ਮਾਲਕਾਂ ਵਾਂਗ ਇਲਾਕੇ ਚ ਮਸ਼ਹੂਰੀ ਹੋ ਗਈ। ਅਸੀਂ ਘੋੜੀ ਦੇਸੀ ਘੋੜੀ ਕਹਿ ਕੇ ਕਿਹਾ ਜਾਂਦਾ ਸੀ। ਬਾਅਦ ਜੇਲਮ ਰਾਵੀ ਅਤੇ ਚਨਾਬ 50 ਵਾਰ ਪਾਰ ਕੀਤਾ ਤੇ ਬਹੁਤ ਹਸਮੁਖ ਲੋਕਾਂ ਉੱਪਰ ਬੜਾ ਤਰਸ ਕਰਨ ਵਾਲਾ। 1716 ਵਿੱਚ ਜਲੋਧਰ ਕਾਰਨ ਮੌਤ ਹੋ ਗਈ ਹੈ। ਪੁੱਤਰ ਨੌਤ ਸਿੰਘ ਤੇ ਚੰਦਾ ਸਿੰਘ ਜਿਹਨੂੰ ਚੰਦਾ ਸਿੰਘ ਸੰਧਾਵਾਲੀਆ ਖਾਨਦਾਨ ਦਾ ਮੋਢੀ ਮੰਨਿਆ ਗਿਆ ਹੈ। ਨੌਤ ਸਿੰਘ ਡੰਗਰ ਚੋਰੀ ਕਰਕੇ ਕੰਮ ਨਹੀਂ ਸੀ ਸਮਝਦਾ, ਸਗੋਂ ਧਾੜਵੀਆਂ ਵਾਂਗੂ ਡਾਕੇ ਮਾਰਿਆ ਕਰਦਾ ਸੀ। ਕਾਫੀ ਮਾਨਤਾ ਹੁੰਦੀ ਸੀ। ਨੌਤ ਸਿੰਘ ਨੇ ਧਾਲਾਂ ਮਾਰ ਕੇ ਦੌਲਤ ਇਕੱਠੀ ਕਰ ਲਈ ਅਤੇ ਸਤਲੁਜ ਦੇ ਰਾਵੀ ਦਰਬਾਰ ਵੱਲ ਤੁਰ ਪਿਆ। ਕਾਫੀ ਸਮੇਂ ਤੋਂ ਬਾਅਦ ਸ਼ੁਕਰ ਚੱਕੀ ਮਿਸਲ ਨੌ ਸਿੰਘ ਨੇ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਅਹਿਮਦ ਸ਼ਾਹ ਅਬਦਾਲੀ ਦੇ ਫੌਜ ਨਾਲ ਟਾਕਰਾ ਕੀਤਾ।
काफी माल हासिल किया। जो मिसलां बनिया शुकर चक्की मिसल का सरदार बन गया। नौ सिंह के घर 1721 ईस्वी चढ़त सिंह पैदा होया। चढ़त सिंह 1752 ईस्वी राजा सांसी सांसियां दलित परिवारों के ढाड़वियां के टोलियां चंगा तगड़ा टोला तैयार कर लिया, जिसने अपना फैजलपुरी मिसल में रुख रखिया। शुकर चक्की मिसल में शक्ति का वाधा होया। चढ़त सिंह अहमद शाह दे नाल हमला करन दुरानिया नाल टाकरा भी किया। कच्ची सरां विखे टिकाणा बना के गुजरांवाल नाल लगदे काफी इलाकियां ते कब्जा कर लिया। 1756 विच गुजरांवाल दे सरदार अमीर सिंह दी लड़की नाल उन्हां ने शादी हो गई अते सरदार चढ़त सिंह दी शक्ति विच वाधा होया। सरदार चढ़त सिंह ने जम्मू दी लड़ाई 1774 ईस्वी विच मारिया गया। ਉਹਦਾ ਵੱਡਾ ਪੁੱਤਰ ਮਹਾਂ ਸਿੰਘ ਦਾ ਮਿਸਲਦਾਰ ਜੋ ਜੀਂਦ ਦਾ ਰਾਜਾ ਗਜਪਤ ਸਿੰਘ ਦੀ ਲੜਕੀ ਨਾਲ ਹੋਇਆ। ਸਰਦਾਰ ਮਹਾਂ ਸਿੰਘ ਮਹਾਂ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸੀ। ਇੰਜ ਮਿਸਲ ਦੇ ਸਮੇਂ ਏਕੀਕਰਨ ਕਾਰਨ ਮਿਸਲਾਂ ਵਾਂਗ ਰਾਜ ਸਥਾਪਿਤ ਕੀਤਾ ਸਥਾਪਿਤ ਉਹਨਾਂ ਹੋਈ। ਜਦੋਂ ਰਾਜ ਸਥਾਪਨਾ ਦੀ ਗੱਲ ਆਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੂਰਨ ਤੌਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ। ਚੌਥੀ ਮਿਸਲ ਹੈ ਭੰਗੀਆਂ ਦੀ ਮਿਸਲ। ਭੰਗੀਆਂ ਦੀ ਮਿਸਲ ਵੀ ਕਾਫੀ ਪ੍ਰਸਿੱਧ ਹੈ। ਇਸ ਦੇ ਜਿਹੜੇ ਮੁਖੀ ਸਨ ਹਰੀ ਸਿੰਘ ਭੰਗੀ ਸਨ, ਜੋ ਮਿਸਲ ਦੇ ਬਣਨ ਤੋਂ ਇੱਕ ਜਥੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਇਲਾਕੇ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪੰਜਵਾੜ ਪਿੰਡ ਦੇ ਛੱਜੂ ਸਿੰਘ ਆਯੋ ਨੂੰ ਜਿੱਤ ਕੀਤਾ। ਉਹਨਾਂ ਨੇ ਮੋਗਾ ਜ਼ਿਲ੍ਹਾ ਬੰਦਣੀ ਪਰਗਣੇ ਭੂਮਾ ਢਿੱਲੋ ਜੱਟ ਜਥੇਦਾਰ ਬਣਾਇਆ। 1746 ਈਸਵੀ ਵਿੱਚ ਭੂਮਾ ਸਿੰਘ ਦਾ ਦੇਹਾਂਤ ਹੋ ਗਿਆ। ਭੂਮਾ ਸਿੰਘ ਦੇ ਦੇਹਾਂਤ ਤੋਂ ਬਾਅਦ ਪਾਲਤ ਪੁੱਤਰ ਹਰੀ ਸਿੰਘ ਜਥੇਦਾਰ ਬਣਿਆ। 1748 ਵਿੱਚ ਦਲ ਖਾਲਸਾ ਦੀ ਸਥਾਪਨਾ ਤੋਂ ਬਾਅਦ ਜਥੇਦਾਰ ਹਰੀ ਸਿੰਘ ਨੂੰ ਮੁਖੀ ਬਣਾਇਆ। ਉਹਨਾਂ ਦੁਆਰਾ ਭੰਗ ਦੇ ਅਧਿਕ ਸੇਵਨ ਕਰਕੇ ਭੰਗੀ ਅਥਵਾ ਭੰਗੀਆਂ ਦੀ ਮਿਸਲ ਕਰਕੇ ਵੀ ਪ੍ਰਚਲਿਤ ਹੋਇਆ। ਕਈ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਨੀਵੀਂ ਜਾਤ ਵਾਲੇ ਲੋਕਾਂ ਨੂੰ ਵੀ ਭੰਗੀ ਆਖਿਆ ਜਾਂਦਾ ਹੈ। ਇਕੱਲਾ ਭੰਗ ਪੀਣ ਵਾਲੇ ਨੇ, ਬਲਕਿ ਇਹ ਜਿਹੜੇ ਲੋਕ ਅੱਜ ਵੀ ਕਈਆਂ ਥਾਵਾਂ ਦੇ ਉੱਤੇ ਜੋ ਜਿਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਾਲੀਆਂ ਸਾਫ ਕਰਦੇ ਆ ਜਾਂ ਛੋਟੇ ਸਫਾਈਆਂ ਕਰਦੇ, ਉਹਨਾਂ ਨੂੰ ਭੰਗੀ ਆਖਿਆ ਜਾਂਦਾ ਹੈ। ਉਹਨਾਂ ਦੇ ਵਿੱਚੋਂ ਇਹ ਛੋਟੀ ਕਾਸਟ ਦੇ ਵਿੱਚੋਂ ਸਨ, ਲੇਕਿਨ ਸਿੱਖ ਧਰਮ ਦੇ ਅੰਦਰ ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਉਹਨਾਂ ਦੀ ਕਾਸਟ ਕੋਈ ਅਹਿਮੀਅਤ ਨਹੀਂ ਰੱਖਦੀ। ਇਹਨਾਂ ਨੂੰ ਵੈਸੇ ਇਹਨਾਂ ਦੇ ਨਾਂ ਦੇ ਅੱਗੇ ਇਹਨਾਂ ਨੇ ਕਰਕੇ ਮਸ਼ਹੂਰ ਹੋ ਗਏ। ਜ਼ਿਆਦਾਤਰ ਇਹਨਾਂ ਨੂੰ ਭੰਗ ਦੇ ਸੇਵਨ ਕਰਕੇ ਹੀ ਭੰਗੀ ਆਖਿਆ ਜਾਂਦਾ ਹੈ। ਹਰੀ ਸਿੰਘ ਨੇ ਆਪਣੀ ਮਿਸਲ ਦੀ ਸ਼ਕਤੀ ਅਧਿਕ ਵਿਸਥਾਰ ਕਰਦਿਆਂ ਹੋਇਆਂ 20,000 ਯੋਧਿਆਂ ਦਾ ਇੱਕ ਸੈਨਿਕ ਦਲ ਤਿਆਰ ਕੀਤਾ। ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੋਹਲ ਪਿੰਡ ਦੇ ਸਦਰ ਮੁਕਾਮ ਬਣਾਇਆ, ਫਿਰ ਗਿੱਲਵਾਲੀ ਪਿੰਡ ਵਿੱਚ ਆਪਣੀ ਰਾਜਧਾਨੀ ਕਾਇਮ ਕੀਤੀ। 1763 ਵਿੱਚ ਘਨੱਈਆ ਤੇ ਰਾਮਗੜੀਆ ਮਿਸਲ ਦੀ ਮਦਦ ਨਾਲ ਕਸੂਰ ਨੂੰ ਲੁੱਟਿਆ। ਫਿਰ 1764 ਵਿੱਚ ਮੁਲਤਾਨ ਬਹਾਵਲਪੁਰ ਨੂੰ ਲਤਾੜਦਿਆਂ ਹੋਇਆਂ ਸਿੰਧ ਦਰਿਆ ਪਾਰ ਕਰ ਗਏ। ਫਿਰ ਮੁਜ਼ੱਫਰਗੜ੍ਹ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਬਲੋਚਾਂ ਦੇ ਹਾਕਮਾਂ ਤੇ ਖਿਰਾਜ ਵਸੂਲ ਕੀਤਾ ਅਤੇ ਚਨਿਓਟ, ਝੰਗ, ਸਿਆਲਕੋਟ ਨੂੰ ਤਬਾਹ ਕਰਦਿਆਂ 1765 ਵਿੱਚ ਬਾਬਾ ਆਲਾ ਸਿੰਘ ਦੇ ਵਿਰੁੱਧ ਲੜਦਿਆਂ ਹਰੀ ਸਿੰਘ ਦੀ ਮੌਤ ਹੋ ਗਈ। ਉਹਨਾਂ ਤੋਂ ਬਾਅਦ ਉਹਨਾਂ ਦੇ ਲੜਕੇ ਝੰਡਾ ਸਿੰਘ ਨੂੰ ਮਿਸਲ ਦੀ ਜ਼ਿੰਮੇਵਾਰੀ ਦਿੱਤੀ ਤੇ ਮਿਸਲ ਦੇ ਹਰ ਪੱਖੋਂ ਵਿਕਾਸ ਕੀਤਾ। ਮੁਲਤਾਨ ਨੂੰ ਜਿੱਤਣ ਤੋਂ ਬਾਅਦ ਝੰਗ, ਕਾਲਾਬਾਗ, ਮਨਕੇਰਾ ਅਧੀਨ ਕੀਤਾ ਅਤੇ ਅੰਮ੍ਰਿਤਸਰ ਨੂੰ ਕਿਲ੍ਹਾ ਭੰਗੀਆਂ ਨੇ ਉਸਾਰੀ ਦੀ ਕਾਰਵਾਈ ਕੀਤੀ, ਜੋ ਅੰਮ੍ਰਿਤਸਰ ਕਿਲ੍ਹਾ ਬਣਾਉਣਾ ਕੀਤਾ। ਫਿਰ ਇਹਨਾਂ ਭੰਗੀਆਂ ਨੇ ਹੀ, ਭੰਗੀ ਮਿਸਲ ਦੇ ਸਰਦਾਰਾਂ ਨੇ ਹੀ ਬਣਾਉਣਾ ਕੀਤਾ। ਫਿਰ ਚੱਠਾ ਤੇ ਪਠਾਣਾ ਪਾਸੋਂ ਚੱਠਿਆਂ ਕੋਲੋਂ ਜਮਜਮਾ ਤੋਪ ਖੋਈ
जमजमा तोप जो बहुत वड्डी तोप है अज भी जो कि लाहौर दे किले विच पाकिस्तान दे विच अज भी पई हुई है। वह जमजमा तोप इन्होंने खोई जिसका ना काला तर विच भंगिया की तोप भी पै गया सी। 1774 विच कन्हैया ते शुकरचक्की मिसल वालियां नाल लड़दे होया जम्मू विखे मारिया गया। झंडा सिंह पिछों भरा गंडा सिंह गद्दी ते बैठा ते ओ थोड़े चिर बाद मरन तो बाद उन्होंने नाबालिग पुत्र देसा सिंह मिसल दा सरदार बनिया। पर कमजोर मिसलदार साबित होया, भंगी सरदार अपने इलाके खुद मुख्तियार बन के बह गए। जिथे जिथे इलाके दिते सन जिते सन, लेकिन जिथे जिथे दिते सन जिहड़े ओ जिन्हां नूं दिते सन ओ खुद आण के आप ही उन्हां दे उत्ते सिप्पा सलार हो करके आप सरदार मुखी बन के बह गए। उन्हां दे नाल किसी ने सहायता नहीं की, बल्कि वह अपने आप नूं ही खुद अख्तियारी बन गए। उस तों बाद उन्हां दे गुरबख्श सिंह दा नाम ते भंगी सरदार दे पालत पुत्र लहणा सिंह अते दोहतरा सिंह गुजर सिंह ने 1765 विच लाहौर ते कब्जा किया। किसे ना किसे रूप विच लाहौर ते वंशजां दे अधीन ही रही। उन्हां दे उत्तराधिकारी चेत सिंह ते मोहर सिंह राज प्रबंध तों तंग आण के लाहौर निवासियां ने रणजीत सिंह ते सदा कौर नूं कब्जे वास्ते निमंत्रण दिता। असल दे विच इन्हां दा प्रबंध लाहौर दे उत्ते कोई वधिया नहीं सी। लोक इन्हां तों दुखी हो गए सन। लोगों ने आप जाके महाराणा रणजीत सिंह नूं ते सदा कौर नूं आख्या कि तुसी इस जगह दे उत्ते प्रबंध संभालो। ते उसने संभालदियां होईआं जदों उन्हां ने इह गल राज प्रबंध उधार संभालण दी गल कीती ते 7 जुलाई 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਅਧੀਨ ਕਬਜ਼ ਕਰ ਲਿਆ। 1782 ਦੇਸਾ ਸਿੰਘ ਦੀ ਮੌਤ ਤੋਂ ਬਾਅਦ ਨਾਬਾਲਗ ਲੜਕੇ ਗੁਲਾਬ ਸਿੰਘ ਅੰਮ੍ਰਿਤਸਰ ਦੀ ਮਿਸਲ ਦੀ ਜ਼ਿੰਮੇਵਾਰੀ ਸੰਭਾਲ ਲਈ। 1800 ਵਿੱਚ ਗੁਲਾਬ ਸਿੰਘ ਦੇ ਮਰਨ ਨੂੰ ਉਪਰੰਤ ਨਾਬਾਲਗ ਪੁੱਤਰ ਗੁਰਦੇਵ ਸਿੰਘ ਨੇ ਆਪਣੀ ਮਾਤਾ ਮਾਈ ਸੁੱਖਾਂ ਦੀ ਸਰਪ੍ਰਸਤੀ ਅਧੀਨ ਮਿਸਲ ਦੀ ਸਰਦਾਰੀ ਸੰਭਾਲ ਲਈ। 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਿਸਲ ਦੇ ਉੱਤੇ ਕਬਜ਼ਾ ਕਰ ਲਿਆ ਤੇ ਫਿਰ ਅਖੀਰ ਵਿੱਚ ਗੁਜਰਾਤ ਦੇ ਪ੍ਰਸ਼ਾਸਕ, ਗੁਜਰਾਤ ਜੋ ਪਾਕਿਸਤਾਨ ਦੇ ਵਿੱਚ ਹੈ, ਪੰਜਾਬ ਦਾ ਇੱਕ ਹਿੱਸਾ ਜੋ ਪਾਕਿਸਤਾਨ ਦੇ ਵਿੱਚ ਹੈ, ਭੰਗੀ ਮਿਸਲ ਨੂੰ ਕੁਝ ਜਗੀਰ ਵਜੋਂ ਦੇ ਕੇ ਵਿਹਲਿਆਂ ਕਰ ਦਿੱਤਾ। 1810 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਭੰਗੀ ਸਰਦਾਰਾਂ ਦੇ ਇਲਾਕੇ ਲਾਹੌਰ ਦਰਬਾਰ ਦੇ ਅਧੀਨ ਕਰ ਲਏ। ਇਸ ਮਿਸਲ ਦੀ ਹੋਂਦ ਜਿਹੜੀ ਹੈ ਉਹ ਖਤਮ ਕਰ ਲਏ। ਅਗਲੀ ਮਿਸਲ ਹੈ 5ਵੀਂ ਮਿਸਲ ਨਿਸ਼ਾਨਾ ਵਾਲੀ। ਮਿਸਲ ਨਿਸ਼ਾਨਾ ਸਿੱਖਾਂ ਦੇ ਵਿੱਚ 12 ਮਿਸਲਾਂ ਦੇ ਵਿੱਚੋਂ ਸਦਰ ਮੁਕਾਮ ਅੰਬਾਲਾ ਸੀ। ਫਿਰੋਜ਼ਪੁਰ ਜ਼ਿਲ੍ਹੇ ਤੋਂ ਮਨਸੂਰ ਦੇ ਪਿੰਡ ਦੇ ਚੌਧਰੀ ਸਾਹਿਬ ਰਾਏ ਸ਼ੇਰਗਲ ਦੇ ਸਪੁੱਤਰ ਦਸੌਂਦਾ ਸਿੰਘ ਨੇ ਅੰਮ੍ਰਿਤ ਛੱਕ ਕੇ ਜਥਾ ਕਾਇਮ ਕੀਤਾ। ਅੰਮ੍ਰਿਤਸਰ ਵਿੱਚ ਠਹਿਰਦਾ ਸੀ, ਦਰਬਾਰ ਸਾਹਿਬ ਵਿੱਚ ਰੱਖਿਆ ਤੋਂ ਇਲਾਵਾ ਰਾਖਵੀਂ ਫੌਜ ਦੀ ਭੂਮਿਕਾ ਨਿਭਾਉਂਦਾ ਸੀ। 1748 ਵਿੱਚ ਦਲ ਖਾਲਸੇ ਦੀ ਸਥਾਪਨਾ ਤੋਂ ਬਾਅਦ ਇਹਨਾਂ ਨੂੰ ਇਸ ਮਿਸਲ ਦੇ ਜਥੇਦਾਰ ਵਜੋਂ ਸਥਾਪਨਾ ਕੀਤੀ। 1764 ਵਿੱਚ ਸਰਹੰਦ ਫਤਿਹ ਹੋਣ ਤੋਂ ਬਾਅਦ ਦਸੌਂਦਾ ਸਿੰਘ ਨੇ ਸਾਨੇਵਾਲ, ਅਮਲੋਹ, ਦੋਰਾਹਾ, ਜੀਰਾ, ਸਿੰਘਾਂ ਵਾਲਾ ਅਤੇ ਅੰਬਾਲੇ ਨੂੰ ਆਪਣਾ ਇਲਾਕਾ ਬਣਾ ਲੈਣਾ ਕੀਤਾ, ਆਪਣੇ ਅਧੀਨ ਕਾਇਮ ਕੀਤੇ ਤੇ 1767 ਈਸਵੀ ਵਿੱਚ ਦਸੌਂਦਾ ਸਿੰਘ ਦਾ ਦੇਹਾਂਤ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਸੰਗਤ ਸਿੰਘ ਮਿਸਲਦਾਰ ਬਣਾਇਆ। ਉਹਨਾਂ ਨੇ ਅੰਬਾਲੇ ਵਾਲੀ ਰਿਆਸਤ ਆਪਣੇ ਚਚੇਰੇ ਭਰਾਵਾਂ ਲਾਲ ਸਿੰਘ ਤੇ ਗੁਲਾਬ ਗੁਰਬਖਸ਼ ਸਿੰਘ ਨੂੰ ਸੌਂਪ ਕੇ ਆਪ ਸਿੰਘਾਂ ਵਾਲ ਰਹਿਣ ਲੱਗ ਪਿਆ। ਸੰਗਤ ਸਿੰਘ ਦੀ ਮਿਸਲਦਾਰੀ ਵੇਲੇ ਇਹ ਮਿਸਲ ਬਹੁਤ ਤਰੱਕੀ ਕੀਤੀ। ਬਾਅਦ ਵਿੱਚ ਸੈਨਾ ਦੀ ਗਿਣਤੀ 12,000 ਘੋੜਸਵਾਰ ਤੱਕ ਪਹੁੰਚ ਗਈ। 1774 ਈਸਵੀ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਸਰਦਾਰਾਂ ਨੂੰ ਆਪਣੇ ਵੱਖਰੇ ਵੱਖਰੇ ਇਲਾਕੇ ਮੱਲ ਲਏ। 1786 ਵਿੱਚ ਅੰਬਾਲੇ ਦੇ ਪ੍ਰਸ਼ਾਸਕ ਗੁਰਬਖਸ਼ ਸਿੰਘ ਦੇ ਮਰਨ ਉਪਰੰਤ ਵਿਧਵਾ ਬੀਵੀ ਦਇਆ ਕੌਰ ਨੇ ਮਿਸਲ ਦਾ ਪ੍ਰਬੰਧ ਸੰਭਾਲਿਆ। 1823 ਵਿੱਚ ਦੇਹਾਂਤ ਹੁੰਦਾ ਹੈ।
उस तो बाद अंग्रेज सरकार ने रियासत अधीन कर लिया, क्योंकि ये सतलुज के पार से, क्योंकि महाराजा रणजीत सिंह की उस वे संधि हुई से सारा के सतलुज दरिया तो परले पार जिहड़े होणगे अंबाले तक का इलाका उस समय इन्हां दे कोल अपने सिंघां दे कोल सी, ते ये जो के सिखां दी ये भी मिसल दे कोल सी। हुण छेवीं जिहड़ी मिसल है वह है कन्हैया मिसल। कन्हैया मिसल का मोढ़ी जय सिंह सिद्धू काहना पिंड का वसनीक सी, जो कि लाहौर के दक्षण पासे 21 किलोमीटर दूर फिरोजपुर की स्थिति वाल सी। सधारण परिवार के रहने वाला पिता खुशहाल सिंह लाहौर विखे तूड़ी वेच के गुजारा करता सी। जय सिंह ने नवाब कपूर सिंह दे कोलों अमृत छकिया सी, अमर सिंह ने किंगरा दे जथे विच शामिल हो गया। आम तौर पर विश्वास किया जाता सी कि मिसल दे कन्हैया जय सिंह दे पिंड काहना तो पिया सी, जिस करके एक होर व्याख्या भी यह दिती जाती है कि सरदार बहुत खूबसूरत सी, जिस करके उन्होंने काहन जां कन्हैया भी आख्या जाता सी, जो कि भगवान कृष्ण दे नां दे नाल वरत्या जाता कन्हैया मिसल। जय सिंह दे अधीन एक शक्तिशाली संगठन बन गया। इसने गुरदासपुर जिले दे विच समेत रियाड़की का कुछ इलाका जो अमृतसर तो उपरी हिस्से कब्जा कर लिया। सब तो पहला अमृतसर जिले विच पेंदे अपनी पत्नी पिंड सोहियां अपना हैडक्वार्टर मुख केंद्र बनाया। इस तो बाद बदल के बटाला चला गया, इथों बदल के मुकेरियां चला गया। इस तो बाद इलाका ब्यास ते रावी दोहां दरियावां दे दोई पासे लगदा सी। जय सिंह दे इलाके जम्मू दे लगभग 70 किलोमीटर दक्षण पूर्व पड़ोल तक वधा लई। इथों तक कि कांगड़ा नूरपुर दतारपुर शिंबा ਅਤੇ ਪਹਾੜੀ ਮੁਖੀ ਕਰਦਾਤਾ ਬਣਾ ਲਏ। ਜਿੰਨੇ ਵੀ ਪਹਾੜੀ ਰਾਜੀ ਸਨ ਉਹਨਾਂ ਨੂੰ ਆਪਣੇ ਕਰ ਦੇ ਅਧੀਨ ਕਰ ਲਿਆ ਸੀ, ਭਾਵ ਕਿ ਉਹ ਕਰ ਦਿਆ ਕਰਨਗੇ ਇਹਨਾਂ ਨੂੰ। 1778 ਈਸਵੀ ਵਿੱਚ ਮਹਾਂ ਸਿੰਘ ਸ਼ੁਕਰਚਕਰੀ ਚੱਕੀਆ ਅਤੇ ਜੱਸਾ ਸਿੰਘ ਆਲੂਵਾਲੀਆ ਦੀ ਮਦਦ ਨਾਲ ਜੱਸਾ ਸਿੰਘ ਰਾਮਗੜੀਆ ਨੂੰ ਹਾਂਸੀ ਅਤੇ ਹਿਸਾਰ ਦਾ ਮਾਰੂਥਲ ਇਲਾਕਾ ਵੱਲ ਧਕੇਲ ਦਿੱਤਾ। ਜਦੋਂ ਇਹਨਾਂ ਨੇ ਦੇਖਿਆ ਕਿ ਇਹ ਬਹੁਤ ਸੂਰਬੀਰ ਇਹਨਾਂ ਦੀ ਹੋਰ ਹਿੰਮਤ ਵੱਧਦੀ ਜਾ ਰਹੀ ਹੈ, ਫਿਰ ਇਹਨਾਂ ਨੇ ਇਹਨਾਂ ਨੂੰ ਮਾਰੂਥਲ ਇਲਾਕਾ ਹਿਸਾਰ ਵੱਲ ਇਲਾਕਾ ਦਿੱਤਾ ਕਿ ਉੱਧਰ ਵੀ ਜਿੱਤਾਂ ਪ੍ਰਾਪਤ ਕਰੋ। 1781 ਵਿੱਚ ਜੈ ਸਿੰਘ ਨੇ ਸਹਿਯੋਗੀ ਹਕੀਕਤ ਰਾਏ ਨੂੰ ਮਿਲ ਕੇ ਜੰਮੂ ਦੇ ਮੁਹਿੰਮ ਲੈ ਗਏ। ਉੱਥੇ ਨਵੇਂ ਰਾਜੇ ਬ੍ਰਿਜ ਰਾਜ ਦੇਵ ਤੋਂ 3 ਲੱਖ ਰੁਪਏ ਮਾਲੀਆ ਲਿਆ ਅਤੇ 1793 ਈਸਵੀ ਵਿੱਚ ਜੈ ਸਿੰਘ ਨੇ 81 ਸਾਲ ਦੀ ਉਮਰ ਵਿੱਚ ਮ੍ਰਿਤਯੁ ਹੋਈ। ਉਹਨਾਂ ਦੇ ਪੁੱਤਰ ਗੁਰਬਖਸ਼ ਸਿੰਘ ਦਾ ਇਹ ਪਹਿਲਾ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਅਕਾਲ ਚਲਾਣਾ ਕਰ ਜਾਣ ਦਾ ਪ੍ਰਬੰਧ ਉਹਨਾਂ ਨੇ ਨੂੰਹ ਸਦਾ ਕੌਰ ਨੂੰ ਦੇ ਦਿੱਤੇ, ਸਦਾ ਕੌਰ ਦੇ ਹੱਥ ਚਲਾ ਗਿਆ। ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ, ਜੋ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਵਿੱਚ ਸ਼ੁਕਰਚੱਕੀ ਮਿਸਲ ਦੇ ਮੁਖੀ ਪੰਜਾਬ ਦੀ ਰਾਜਨੀਤਿਕ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਸਹਾਇਕ ਸਿੱਧ ਹੋਈ। ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਜ਼ਿਆਦਾ ਜਿਹੜੀ ਮਦਦ ਸੀ ਉਹਨਾਂ ਦੀ ਸੱਸ ਦੇ ਵੱਲੋਂ ਸਦਾ ਕੌਰ ਦੇ ਵੱਲੋਂ ਪ੍ਰਾਪਤ ਹੋਈ। ਜੁਲਾਈ 1794 ਵਿੱਚ ਮਹਾਰਾਜਾ ਰਣਜੀਤ ਸਿੰਘ ਭੰਗੀ ਮਿਸਲ ਦੇ ਸਰਦਾਰਾਂ ਮੋਹਰ ਸਿੰਘ ਤੇ ਸਾਹਿਬ ਸਿੰਘ ਤੇ ਚੇਤ ਸਿੰਘ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰਨ 'ਚ ਮਦਦ ਮਿਲੀ, ਉਹ ਵੀ ਸਦਾ ਕੌਰ ਦੇ ਸਦਕਾ। ਸਦਾ ਕੌਰ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਪ੍ਰਾਪਤੀਆਂ ਕੀਤੀਆਂ, ਜਿਸ ਦੇ ਵਿੱਚ 1801 ਵਿੱਚ ਮਹਾਰਾਜਾ ਦੀ ਉਪਾਧੀ ਧਾਰਨ ਕਰ ਲਈ। ਅੰਮ੍ਰਿਤਸਰ, ਚਨਿਓਟ, ਕਸੂਰ, ਕਾਂਗੜਾ ਮੁਹਿੰਮਾਂ ਵਿੱਚ ਹਜ਼ਾਰਾਂ ਦੀ ਅਟਕ ਦੇ ਫਸਾਦੀ ਪਠਾਣਾਂ ਦੇ ਵਿਰੁੱਧ ਮੁਹਿੰਮਾਂ ਵਿੱਚ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਲ ਆਪਣੀਆਂ ਫੌਜਾਂ ਦੀ ਅਗਵਾਈ ਕਰਵਾਈ। ਇਹ ਸਮਝੌਤਾ ਦੇਰ ਤੱਕ ਨਾ ਚੱਲ ਸਕਿਆ। ਜਦੋਂ ਦੋਵੇਂ ਇੱਕ ਦੂਸਰੇ ਦੇ ਵੱਖ ਹੋਣੇ ਸ਼ੁਰੂ ਹੋਏ ਤੇ ਸਦਾ ਕੌਰ ਦੀ ਪੁੱਤਰੀ ਰਣਜੀਤ ਸਿੰਘ ਨਾਲ ਸ਼ਾਦੀ ਕਰਕੇ ਸਫਲ ਸਾਬਿਤ ਨਾ ਹੋ ਪਾਈ। ਮਤਭੇਦ ਜਿਹੜੇ ਨਾ ਸਨ ਉਹ ਸਪਸ਼ਟ ਤੌਰ ਤੇ ਸਾਹਮਣੇ ਆ ਜਾਂਦੇ। ਜਦੋਂ ਸਦਾ ਕੌਰ ਦੇ ਨਾਲ ਸਰ ਚਾਰਲਸ ਮੈਟਕਾਫ ਤੇ ਸਰ ਡੇਵਿਡ
अटॉर्नली राही अंग्रेजों नाल गुप्त वार्तालाप करने शुरू कर दिते तां उस समय आत्म निर्भर मुखी अहुदियां दे उत्ते सुरक्षित रख ले। महाराजा रणजीत सिंह ने कन्हैया मिसल दे इलाके विच दखलअंदाजी आरंभ करनी शुरू कर दिती। अटकलगढ़ मुकेरियां उन्हां दे पास हुई जायदाद जबरदस्ती कर ली। बटाला नूं अपने पुत्र शेर सिंह नूं जागीर दे दिती। इह वी सदा कौर कोल सी। सदा कौर की बाकी रहिंदी जागीर देसा सिंह मजीठिया नूं दे दिती। सदा कौर नूं 1832 ईस्वी विच महाराजा रणजीत सिंह ने कैद कर लिया, अपनी सस नूं बाद दे विच इन्हें कैद कर लिया। कन्हैया मिसल दे दूसरे हिस्से विच सिद्धू जट दे बघेल सिंह दे पुत्र हकीकत सिंह सी। ਉਹ ਜੈ ਸਿੰਘ ਦਾ ਜਨਮ ਸਥਾਨ ਕਾਹਨਾ ਦੇ ਨੇੜੇ ਜੁਲਕਾ ਪਿੰਡ ਦਾ ਵਸਨੀਕ ਸੀ। ਹਕੀਕਤ ਸਿੰਘ ਜੈ ਸਿੰਘ ਦੀਆਂ ਮੁਹਿੰਮਾਂ ਦੇ ਮਿੱਤਰ ਵਿੱਚ ਮਿੱਤਰ ਸਾਥੀ ਵੀ ਸਨ, ਪਰੰਤੂ ਵਿਰੋਧੀ ਵੀ ਸਨ। ਸੁਤੰਤਰ ਮੁਖੀ ਹੋਣ ਦੇ ਬਾਵਜੂਦ ਕਲਾਨੌਰ, ਕਾਹਨਗੜ੍ਹ, ਅਦਾਲਤਗੜ੍ਹ, ਪਠਾਨਕੋਟ ਪਿੰਡਾਂ ਦੇ ਕਬਜ਼ਾ ਕਰ ਲਿਆ। 1760 ਵਿੱਚ ਛੁਰੀਆਂਵਾਲ ਨੂੰ ਤਬਾਹ ਕਰ ਦਿੱਤਾ, ਸੰਗਤਪੁਰਾ ਨਾਂ ਪਿੰਡ ਬੰਨਿਆ, ਫਤਿਹਗੜ੍ਹ ਵਿੱਚ ਕਿਲ੍ਹਾ ਉਸਾਰਿਆ। 1782 ਵਿੱਚ ਹਕੀਕਤ ਸਿੰਘ ਅਕਾਲ ਚਲਾਣਾ ਕਰ ਗਿਆ। ਪੁੱਤਰ ਜੈਮਲ ਸਿੰਘ ਜੋ ਇਕਲੌਤਾ ਸੀ, ਨਾਬਾਲਗ ਸੀ, ਉਹਨਾਂ ਜਾਇਦਾਦ ਦਾ ਮਾਲਕ ਬਣਾ ਦਿੱਤਾ। ਹਕੀਕਤ ਸਿੰਘ ਦੇ ਪੋਤਰੀ ਚੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਕੰਵਰ ਖੜਕ ਸਿੰਘ ਨਾਲ ਵਿਆਹੀ ਹੋਈ ਸੀ। ਜੈਮਲ ਸਿੰਘ 1812 ਵਿੱਚ ਅਕਾਲ ਚਲਾਣਾ ਕਰ ਗਏ, ਜਿਸਦਾ ਕੋਈ ਪੁੱਤਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਫਤਿਹਗੜ੍ਹ ਦੇ ਕਿਲ੍ਹੇ ਦੇ ਅੰਦਰ ਇਕੱਠ ਕੀਤਾ ਤੇ ਜਾਇਦਾਦ ਜਬਤ ਕਰ ਲਈ ਅਤੇ ਜ਼ਿਲ੍ਹੇ ਦਾ ਮਾਲੀਆ ਉਸ ਵਿਧਵਾ ਦੇ ਗੁਜ਼ਾਰੇ ਕਰਨ ਲਈ ਦੇ ਦਿੱਤਾ। ਕਾਂਤ ਸਿੰਘ ਮਿਸਲਾਂ ਦੇ ਬਾਕੀ ਇਸੇ ਇਲਾਕੇ ਨੂੰ ਇਸੇ ਕਵਰ ਸਿੰਘ ਤੇ ਖੜਕ ਸਿੰਘ ਨੂੰ ਦੇ ਦੇਣਾ ਕੀਤੇ। ਇਸ ਤੋਂ ਬਾਅਦ ਸੱਤਵੀਂ ਮਿਸਲ ਹੈ ਨਕਈ ਮਿਸਲ। ਅਬਦਾਲੀ ਦੇ ਹਮਲਿਆਂ ਦੇ ਛੋਟੇ ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ। 29 ਮਾਰਚ 1748 ਨੂੰ ਦਲ ਖਾਲਸਾ ਦੇ ਸਥਾਪਨਾ ਸਮੇਂ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ 11 ਮਿਸਲਾਂ ਨੇ ਸਥਾਪਨਾ ਕੀਤੀ, ਜਿਨ੍ਹਾਂ ਵਿੱਚੋਂ ਨਕਈ ਮਿਸਲ ਇੱਕ ਸੀ। ਸਰਦਾਰ ਹੀਰਾ ਸਿੰਘ ਦਾ ਪੁੱਤਰ ਚੌਧਰੀ ਹੇਮ ਰਾਜ ਸੰਧੂ ਜੱਟ ਪੜਵਾਲ ਪਰਗਣਾ ਚੂਨੀਆਂ ਜ਼ਿਲ੍ਹਾ ਲਾਹੌਰ ਮਿਸਲ ਦਾ ਮਾਲਕ ਸੀ। ਇਸ ਦਾ ਜਨਮ 1706 ਈਸਵੀ ਵਿੱਚ ਹੁੰਦਾ ਹੈ। ਵੱਡਾ ਹੋ ਕੇ ਜਥਿਆਂ ਦੇ ਵਿੱਚ ਭਰਤੀ ਹੋ ਗਿਆ। ਦੇਸ਼ ਕੌਮ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸੇਵਾਵਾਂ ਨਿਭਾਉਣ ਲੱਗ ਪਿਆ। ਇਸ ਨੇ ਸਰਹੰਦ ਤੇ ਕਸੂਰ ਦੇ ਲੜਾਈਆਂ ਵਿੱਚ ਬੜਾ ਆਪਣਾ ਨਾਮਣਾ ਖੱਟਿਆ। ਉਪਰੰਤ ਇਹਨਾਂ ਨੂੰ ਜਥੇ ਦੇ ਜਥੇਦਾਰ ਬਣਾ ਦਿੱਤਾ। ਹੌਲੀ ਹੌਲੀ ਦੂਜਿਆਂ ਦੇ ਇਲਾਕਿਆਂ ਵਿੱਚ ਕਬਜ਼ਾ ਕਰਨ ਲੱਗ ਪਏ। 1759 ਈਸਵੀ ਵਿੱਚ ਇਹਨਾਂ ਨੇ ਕਲ ਨਾਕਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਕਰਮ ਸਿੰਘ ਚੀਮਾ, ਲਾਲ ਸਿੰਘ, ਰੂਪਾ ਸਿੰਘ ਗੱਲਾ, ਲੈਲ ਸਿੰਘ ਵੈੜਾ, ਲਾਲ ਸਿੰਘ ਧੱਬੀ, ਨੱਥਾ ਸਿੰਘ ਧੌਲ ਆਦਿ ਦੇ ਨਾਲ ਆਣ ਕੇ ਮਿਲੇ। ਜਦੋਂ ਮਿਸਲਾਂ ਬਣਨ ਤੋਂ ਬਾਅਦ ਮਿਸਲਾਂ ਦੇ ਇਲਾਕੇ ਮੱਲੇ 1764 ਵਿੱਚ ਨੱਕਾ ਤੇ ਲੰਮਾ ਇਲਾਕਿਆਂ ਦੇ ਵਿੱਚ ਕਬਜ਼ਾ ਕਰ ਲਿਆ, ਜਿਸ ਨੂੰ ਨਕਈ ਮਿਸਲਾਂ ਨਾਲ ਪ੍ਰਸਿੱਧ ਹੋਇਆ। ਇਸ ਮਿਸਲ 8000 ਦੇ ਲਗਭਗ ਘੋੜ ਸਵਾਰ ਸਨ, ਜਿਨ੍ਹਾਂ ਨੇ ਦੀਪਾਲਪੁਰ, ਕੰਗਨਪੁਰ, ਜੇਠੂਪੁਰਾ, ਖੱਡੀਆਂ, ਮੁਸਤਫਾਬਾਦ, ਸ਼ੇਰਗੜ੍ਹ ਇਲਾਕਿਆਂ ਤੇ ਕਬਜ਼ਾ ਕੀਤਾ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹਨ। 1769 ਵਿੱਚ ਹੀਰਾ ਸਿੰਘ ਨਕਈ ਨੇ ਸ਼ੇਖ ਸ਼ਬਹਾਨ ਖਾਂ ਕੁਰੈਸ਼ੀ ਪਾਕਪਟਨ ਤੇ ਹਮਲਾ ਕਰ ਦਿੱਤਾ। ਉਧਰ ਮੁਸਲਮਾਨ ਵੀ ਇਕੱਠੇ ਹੋ ਗਏ। ਪਾਕਪਟਨ ਦੇ ਦੀਵਾਨ ਹੀਰਾ ਸਿੰਘ ਨੇ ਬੜੀ ਸਖਤੀ ਨਾਲ ਸਖਤ ਲੜਾਈ ਲੜੀ, ਜਿਹਦੇ ਸਰਦਾਰ ਹੀਰਾ ਸਿੰਘ ਨੇ ਗੋਲੀ ਨਾਲ ਮਰ ਗਿਆ। ਨਕਈ ਫੌਜ ਨੇ ਲੜਾਈ ਬਹਿੜਵਾਲ ਵਾਪਸ ਪਰਤ ਆਈ। ਹੀਰਾ ਸਿੰਘ ਦਾ ਲੜਕਾ ਦਲ ਸਿੰਘ ਅਜੇ ਨਾਬਾਲਗ ਸੀ, ਜਿਸ ਕਰਕੇ ਹੀਰਾ ਸਿੰਘ ਦੇ ਭਤੀਜਾ ਨਾਹਰ ਸਿੰਘ ਨੂੰ ਮਿਸਲ ਦਾ ਸਰਦਾਰ ਬਣਾਇਆ। ਨਾਹਰ ਸਿੰਘ 9 ਮਹੀਨੇ ਮਿਸਲ ਦਾ ਸਰਦਾਰ ਰਿਹਾ। ਆਖਿਰ ਕੋਟ ਕਮਾਲੀਆ ਦੇ ਖਰਲਾਂ ਨਾਲ ਲੜਾਈ ਵਿੱਚ ਮਾਰਿਆ ਗਿਆ। ਨਾਹਰ ਸਿੰਘ ਤੋਂ ਬਾਅਦ ਉਹਨਾਂ ਭਰਾ ਰਣ ਸਿੰਘ ਮਿਸਲ ਦਾ ਮਿਸਲਦਾਰ ਬਣਿਆ। ਇਸ ਮਿਸਲ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਸਾਬਿਤ ਹੋਇਆ, ਜਿਸ ਨੇ ਬੁੱਚੋ ਕੇ ਫਰੀਦਾਬਾਦ, ਜੇਠਪੁਰਾ, ਸ਼ਕਰਪੁਰਾ ਤੇ ਗੁਰੇਰਾ ਇਲਾਕਿਆਂ ਦੇ ਵਿੱਚ ਕਬਜ਼ਾ ਹੇਠ ਕਰ ਲਿਆ।
इंज 9 लाख रुपए सालाना इलाका विच मिसलां दे अधीन आमदन वाला जित लिया। इस मिसल का साथी सरदार करम सिंह, वजीर सिंह, लाल सिंह, रूपा सिंह, इन्हां विचों करम सिंह ते वजीर सिंह दोवां प्रसिद्ध होए। कोट कमालिया विचों कुछ हिस्सा करम सिंह दे कब्जे भी आया। करम सिंह वजीर सिंह समदवाल नूं राजधानी बना लिया। जदों रण सिंह राजधानी बहड़वाल सी, करम सिंह ते रण सिंह वापस लगभग लड़दे रहिंदे सन। करम सिंह 1780 विच मौत हुंदी है, जिस दे नाल इलाके विच सरदार इस दा भरा वजीर बन गया सी। ते वजीर बन दे नाल 1781 विच सुरगवास हो गया। पुत्र भगवान सिंह मिसल दा मिसलदार थापिया, पर जायदाद सामने लई असमर्थ रहा। वजीर सिंह ने काफी इलाका दब लिया। भगवान सिंह ने अपने भैन नाल रिश्ता महा सिंह दा कर दिता। महा सिंह ने अपने लड़के वजीर सिंह नाल रणजीत सिंह जी दे नाल कर दिता। महाराजा रणजीत सिंह ने यह सारा इलाका दब लिया। इस इलाके में वजीर सिंह तो छुड़वा दिता। महा सिंह ने भगवान सिंह नूं वजीर सिंह नूं अमृतसर बुला के सुलह करवा देना कीती। जदों सुलह हुई 1784 विच कन्हैया जय सिंह विरुद्ध लड़दियां महा सिंह शुकरचकिया वजीर सिंह नूं मदद दे नाल जय सिंह ने हरा दिता। भगवान सिंह ते वजीर खां नूं आपस च लड़ पए। वजीर खां हथों भगवान सिंह मारिया गया। 1785 दा वाकया है कि भगवान सिंह की मौत बाद ज्ञान सिंह मिसल का सरदार बनया। इस तो थोड़ी देर बाद सरदार हीरा सिंह नकाई का पुत्र दल सिंह मैदान विच आ गया ते अपने पिता की मौत समय नाबालिग सी। दल सिंह वजीर सिंह मुड़ लड़ाई शुरू हो गई। दल सिंह वजीर सिंह नूं कतल कर दिता ते महाराजा सिंह ते सत्ता विच आउण दे नाल सल्तनत काफ़ी प्रभावित हुई। नकई खानदान का काफ़ी इलाका खालसा राज दे अधीन मिल गया। 1807 ईस्वी विच ज्ञान सिंह की मौत हुई। उसका पुत्र कान सिंह नूं बड़वाल विच 15,000 की जगीर दित्ती गई ते खजान सिंह जो कान सिंह दे चाचा सी नानकोट का इलाका दिता गया। कान सिंह दे चार लड़के सन, चतर सिंह, अतर सिंह, हुकम सिंह ते ईशर सिंह। अतर सिंह नूं मुल्तान समय लड़ाई समय दुश्मन नाल मारिया गया। कान सिंह बुढ़ेपे नूं वेखदे होए 15,000 सालाना जगीर दित्ती गई। परगना बहड़वाल उत्थों दा मजिस्ट्रेट इन्हां नूं नियुक्त कर दिता गया। 1874 विच कान सिंह स्वर्गवास हो गया। उन्हां लड़का चतर सिंह अगे वधिया। इस तों 1875 ईस्वी स्वर्गवास हो गया। उस उपरंत मिंट गुमरी जिले विच खानदान दा सरदार रणजोत सिंह बनिया, जिस कोल 7400 दी जगीर, 1400 कुमा जमीन अते बाद दे परिवार दे दूसरे वारस ईशर सिंह, अतर सिंह, ठाकुर सिंह ते लहणा सिंह विच वंडी गई। सरदार रणजोत सिंह अगे नारायण सिंह फिर हरदयाल सिंह सरदार बनिया, जो जिला फिरोजपुर विच जमीन उन्हां नूं अलाट हुई। ओह परिवार अज भी उस जगह दे उत्ते रह रहे हन। ये सी 7 मिसलां दी असीं अज गल कीती है। समा इजाजत नहीं दिंदा। फिर असीं अगली क्लास दे विच जिहड़ियां बाकी रहिंदियां होईयां मिसलां ने, बाकी 6 मिसलां अजे बाकी आ, उन्हां दे 4 मिसलां बाकी ने, उहदे विचार फिर अगे कीती जाएगी, क्योंकि इतिहास जिहड़ा है काफ़ी लंबीरा है। हरेक मिसल दी अजे पूर्ण तौर दे उत्ते खुल के विचार भी नहीं हो पाई, सिर्फ केवल ते केवल छोटा ही डाटे दे रूप दे विच जो एकत्रित कीता सी वो आप जी नाल सांझ पाई है। किवें मिसल दा केड़ा मिसल दा केड़ा मिसलदार सी, वह कदों गद्दी ते बैठा ते किहड़े इलाकियां दे विचों बैठा, उन्हां दे प्रति गल कीती सी। सो विचारां करदियां होईआं इतिहास च कई वादे कट्टे हुंदे ने, जो जिथों तक साडे कोल कोशां दा जानकारी प्राप्त होई है वह आप जी नाल सांझी कीती है। सो विचारां सांझ करदियां बेंत भुल्लां चुक्कां हुंदियां ने, भुल चुक दी खिमा। वाहिगुरु जी का खालसा, वाहिगुरु जी की फतेह।